ਲੈ ਕਿੰਨੇ ਦਿਨ ਹੋ ਗਏ ਅਮਨ ਨੂੰ ਕਹੀ ਜਾਂਦੀ ਨੂੰ ਕਿ ਤੂੰ ਮੇਰੇ ਘਰੇ ਆਉਂਦੀ ਨਹੀਂ। ਅੱਜ ਤਾਂ ਅਮਨ ਕੋਲ ਹੀ ਜਾਂਦੀ ਹਾਂ, ਸਾਰਾ ਢਿੱਡ ਫਰੋਲ ਕੇ ਆਉਂ, ਨਾਲੇ ਚਾਰ ਸੁਣ ਕੇ ਆਉਂ, ਨਾਲੇ ਸੁਣਾ ਕੇ ਆਉਂ। ਘਰੀ ਹੋਊਗੀ ਉਹ। ਲੈ ਭਰਾ ਕਬਾੜ ਦਾ ਕੰਮ ਤਾਂ ਆਪਾਂ ਕਰ ਲਈਏ, ਚੱਲੋ ਬੇਈਮਾਨੀ ਆਪਾਂ ਕਿਸੇ ਨਾਲ ਕਰਨੀ ਨਹੀਂ। ਜੇ ਮਿੱਠੂ ਕਬਾੜੀ ਆ ਨਾ, ਆਪਾਂ ਉਹਦੇ ਬਰਾਬਰ ਦੁਕਾਨ ਖੋਲਾਂਗੇ। ਮੈਨੂੰ ਇੱਕ ਵਾਰੀ ਆਹ ਸਹੀ ਆ, ਓਕੇ ਆ, ਆਪਾਂ ਬੱਟਾ ਕਿੱਧਰ ਰੱਖਿਆ ਕਰਾਂਗੇ, ਬੱਟਾ ਆਪਾਂ ਉੱਧਰ ਰੱਖਿਆ ਕਰਾਂਗੇ, ਇੱਧਰ ਸਮਾਨ ਰੱਖਿਆ ਕਰਾਂਗੇ, ਠੀਕ ਹੈ। ਹਾਂ ਕਬਾੜ ਵੀ ਚੱਕ, ਅੱਜ ਬੋਨੀ ਘਰੋਂ ਹੀ ਕਰਦੇ ਹਾਂ। ਹੋਕਾ ਕਿਵੇਂ ਮਾਰਿਆ ਕਰਾਂ ਇਹਨੇ? ਟੁੱਟਿਆ ਪੁਰਾਣਾ ਲੋਹਾ, ਕਾਪੀ, ਬੂਟ, ਚੱਪਲ ਅਦੀਆਂ ਵੇਚ ਭਾਈ। ਹਾਂ ਬਈ ਕਬਾੜ ਵੇਚ ਲਓ, ਕਬਾੜ ਵੇਚ ਲਓ, ਕਬਾੜ ਵੇਚ ਲਓ। ਆਹ ਤਾਂ ਵਧੀਆ ਤੁਸੀਂ ਕੰਮ ਕੀਤਾ, ਕਬਾੜੀ ਆ ਰਹੀ ਹੈ। ਹੈ ਕਬਾੜੀ ਨਹੀਂ ਆ, ਕਬਾੜੀ ਆ ਸਮਝ ਲਓ ਆ ਗਿਆ ਤੁਹਾਡੇ ਘਰੇ। ਦੱਸ ਕਿੱਥੇ ਦਿੰਦਾ ਤਾਂ ਹੈ ਨੀ ਮੈਨੂੰ ਕਿਤੇ। ਤੂੰ ਕਬਾੜ ਵੇਚਣਾ ਨਾ? ਹਾਂ ਹਾਂ। ਕਬਾੜ ਮੈਨੂੰ ਵੇਚ ਦੇ, ਤੈਨੂੰ ਪੈਸੇ ਮਿਲ ਜਾਣਗੇ ਬਸ। ਤੈਨੂੰ ਵੇਚਦਾ? ਹੋਰ ਮੈਂ ਕਬਾੜ ਦਾ ਕੰਮ ਸ਼ੁਰੂ ਕਰ ਲਿਆ। ਕਾਹਦਾ ਦੁਬਾਰੇ ਦੱਸਿਆ, ਸੁਣਿਆ ਨੀ ਮੈਨੂੰ। ਕਬਾੜ ਦਾ ਕਿਆ ਹੋਰ ਕੰਮ ਹੈ ਨੀ ਸੀ? ਉਹ ਗੱਲ ਸੁਣ, ਖੇਤੀ ਚ ਕੁਛ ਵਜਦਾ ਨੀ। ਮੈਨੂੰ ਆਇਆ ਸੁਪਨਾ, ਮਿੱਠੂ ਕਬਾੜੀਆਂ ਨੀ, ਮਿੱਠੂ ਕਬਾੜੀਆਂ, ਹਾਂ ਉਹਦੇ ਬਰਾਬਰ ਦੁਕਾਨ ਖੋਲ ਲਈ ਮੈਂ ਮਾਨਸਾਲਾ। ਅੱਛਾ ਹੋਰ ਕੋਈ ਦੁਕਾਨ ਖੋਲਣ ਨੂੰ ਹੈ ਨੀ ਸੀ ਕੁਛ? ਯਾਰ ਤੂੰ ਇਹ ਜ਼ਿਆਦਾ ਸੋਹਣਾ ਲੱਗੇਗਾ। ਉਹ ਸੋਹਣੇ ਵਾਲੀ ਕੀ ਗੱਲ ਹੈ, ਦੁਕਾਨ ਖੋਲਾ ਕਬਾੜ ਚ, ਪਤਾ ਕਿੰਨਾ ਪੈਸਾ? ਮੈਂ ਤਾਂ ਆਈ ਸੀ ਅੰਦਰੋਂ, ਮੈਂ ਕਿਹਾ ਕਬਾੜੀ ਆ ਰਿਹਾ, ਆ ਸਾਰਾ ਲੋਹਾ ਜਿਹਾ ਵੇਚ ਦੂੰ ਚੱਕ ਕੇ। ਐ ਨੀ ਪਤਾ ਵੀ ਆਪ ਦੇ ਮੂਹਰੇ ਆਪ ਹੀ ਧਰੀ ਬੈਠਾ ਹੈਗਾ। ਉਹ ਰਮਨਵਾਸ ਵਾਲਾ ਭੋਲਾ ਨੀ, ਉਹਨੇ ਪਹਿਲਾਂ ਮੈਥੋਂ 2 ਲੱਖ ਰੁਪਇਆ ਧਾਰਾ ਲਿੱਤਾ ਜੀ ਮੈਥੋਂ, 2 ਲੱਖ ਰੁਪਇਆ ਧਾਰਾ ਦੇ 3 ਮਹੀਨਿਆਂ ਵਾਸਤੇ। ਹੈਂ ਅਗਲੇ 1.5 ਮਹੀਨੇ ਚ ਵਾਪਸ ਕਰਤਾ ਮੈਨੂੰ 2 ਲੱਖ ਰੁਪਇਆ। ਮੈਂ ਕਿੰਨੇ ਪੈ, ਮੈਂ ਪੁੱਛਿਆ, ਮੈਂ ਕਿਹਾ ਆਹ ਕੰਮ ਤੂੰ 2 ਲੱਖ ਰੁਪਇਆ ਤੂੰ ਛੇਤੀ ਮੋੜਦਾ, 3 ਮਹੀਨੇ ਦੀ ਤੂੰ ਕਿਹਾ ਸੀ 3 ਮਹੀਨੇ ਵਾਸਤੇ। ਕਹਿੰਦਾ ਮੇਰਾ ਕੰਮ ਹੀ ਇਹ ਜਾ, ਮੈਂ ਦੱਸ ਵੀ ਇਹ ਜਾ ਕੀ ਕੰਮ ਕਰ ਲਿਆ? ਕਹਿੰਦਾ ਮੈਂ ਕਬਾੜ ਦਾ ਕੰਮ ਕਰ ਲਿਆ। ਤੇ ਕਹਿੰਦਾ ਮੇਰੇ ਕੋਲ ਗੱਲ ਸੁਣ ਲੈ ਪਹਿਲਾਂ ਪੂਰੀ, ਸੁਣਾ ਦੇ ਲਿਆ। ਮੈਂ ਕਿਹਾ ਫੇਰ ਉਹ ਇਹ ਕਿਹੜਾ ਕਬਾੜ ਆ, ਫਿਰ ਕਬਾੜ ਵਾਲਾ ਕੋਈ ਕੰਮ ਉੱਚਾ ਜਿਦਾ ਕੰਮ ਕੋਈ, ਮੈਂ ਉਹ ਹੀ ਮਰੀ ਜਾਂਦਾ ਗੰਦ ਚ ਮਰੀ ਜਾਂਦਾ। ਉਹ ਕਹਿੰਦਾ ਗੰਦ ਚ ਨੀ, ਪਤਾ ਕਿੰਨੇ ਕਿੰਨੇ ਰੁਪਏ ਬਚਦੇ ਆ, ਕੁਆਂਟਲ 1 ਕੁਆਂਟਲ ਆ ਗਿਆ, 4 ਰੁਪਏ ਲਾ ਲਿਆ 1 ਕੁਆਂਟਲ ਚੋਂ, ਕਿੰਨੇ ਰੁਪਏ ਬਚ ਜਾਣ। ਕਹਿੰਦਾ ਘੱਟੋ ਘੱਟ ਕੁਆਂਟਲ 100-100 ਕੁਆਂਟਲ ਆ ਜਾਂਦਾ ਲੋਹਾ, ਗੱਡੀਆਂ ਆ ਜਾਂਦੀਆਂ। ਮੈਂ ਇਹਨੇ 20-30 ਹਜ਼ਾਰ ਰੁਪਏ ਦਿਹਾੜੀ ਪੈਂਦੀ ਇੱਕ ਦਿਨ ਦੀ। ਬਸ ਮਗਰ ਲੱਗ ਲਿਆ ਉੱਥੇ। ਲੈ ਮਗਰ ਕਿਵੇਂ ਲੱਗ ਲਿਆ ਯਾਰ, ਪਾਗਲ ਹੈ, 30-30 ਹਜ਼ਾਰ ਦਾ 1 ਹਜ਼ਾਰ ਰੁਪਏ ਦਿਹਾੜੀ ਪੈਂਦੀ ਹੈ। ਅਗਲੇ ਚਾਹੇ 5 ਨਾ ਬਚਦੀ ਹੋਵੇ, ਤੈਨੂੰ ਤਾਂ ਜਿੱਧਰ ਕੋਈ ਲਾ ਲੇ ਉਧਰ ਹੀ ਲੱਗ ਜਾਣਾ, ਤੂੰ ਤਾਂ ਲਾਈ ਲੱਗਦਾ ਹੈਗਾ, ਸੋਹਣਾ ਲੱਗਦਾ, 7 ਕਿੱਲੇ ਜ਼ਮੀਨ ਆ ਕੋਲੇ। ਉਹ ਯਾਰ ਫਿਰ 7 ਕਿੱਲੇ ਉਹ ਭਾਵੇਂ ਜੋ ਸਾਲ ਬਾਅਦ 7 ਲੱਖ ਰੁਪਇਆ ਮਹਾਂ ਬਚਦਾ, ਉਹ ਵੀ ਆਪਾਂ ਨੂੰ ਜੇ 70-70 ਨੂੰ ਲਾ ਠੇਕਾ ਨੰਜਾ, 5 ਲੱਖ ਰੁਪਇਆ ਹੋ ਗਿਆ, ਇਹ ਭਾਵੇਂ ਮਹੀਨੇ ਦਾ 5 ਲੱਖ ਬਚੂਗਾ। ਕਮਾਲ ਕਰੀ ਜਾਂਦਾ ਤੂੰ। ਆਹੋ ਫਿਰ ਇਹ ਚੋਂ ਨਾ ਕੁਛ ਬਚਿਆ, ਫਿਰ ਆ ਗਰਕੀਆਂ ਤੋਂ ਲੱਗ ਜੀ। ਉਹ ਪੁੱਠੀ ਮਰਦੀ ਆ, ਮੈਂ ਮਰਦੀ ਆ, ਮੈਂ ਉਹਨੂੰ ਪੁੱਛ ਕੇ ਆਉਣਾ ਆ ਲੈ ਪਾਂ ਦਾ ਕਬਾੜ। ਬੇਇੱਜ਼ਤੀ ਕਰਾ ਦੇ ਜਿੰਨੀ ਕਰਾਈ ਜਾਂਦੀ, ਨਾਲੇ ਮੇਰੀ ਤੇ ਨਾਲੇ ਮੇਰੇ ਪੇਕਿਆਂ ਦੀ। ਓਏ ਕੰਮ ਦਾ ਕਦਾ ਮਿਹਣਾ ਹੁੰਦਾ, ਪੋ ਬੱਕਰ ਦਾ ਸਮਾਨ ਦਾ ਕਾਲਾ ਨਹੀਂ, ਪਾ ਬੂਰ ਪਾਲਸਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ। ਮੈਂ ਰੋਟੀ ਹੱਕ ਦੀ ਖਾਊਂਗਾ ਤੇ ਬੰਦਾ ਬੂਟ ਪਾਲਸਾਂ ਕਰੀਏ? ਇਹ ਕੰਮ ਦੀ ਕਦੀ ਸ਼ਰਮ ਹੋਈ ਯਾਰ, ਕਬਾੜ ਦਾ ਕੰਮ ਬਹੁਤ ਵਧੀਆ। ਇਹ ਕੰਮ ਨਹੀਂ ਕਰਨਾ, ਹੋਰ ਕੋਈ ਮਰਜ਼ੀ ਕੰਮ ਕਰ ਲਾ। ਮੈਂ ਤਾਂ ਕੰਮ ਇਹੀ ਕਰੂੰਗਾ। ਮੇਰੇ ਬਾਪ ਨੇ ਕਬਾੜੀਆਂ ਨੂੰ ਹੀ ਰਿਸ਼ਤਾ ਕਰਿਆ ਸੀ, 7 ਕਿੱਲਿਆਂ ਨੂੰ ਦੇਖ ਕੇ ਕਰਿਆ ਸੀਗਾ। ਆ ਜੀ ਕਰਦਾ ਮੈਂ ਵੇਚਣ ਜਾਂਦਾ ਪਹਿਲਾਂ, ਜੀ ਕਰਦਾ ਤੇਰੇ। ਹਾਂ ਮੇਰੀ ਮਾਰ ਇਹ।
ਮੈਂ ਕਹਿ ਰਿਹਾ ਨਾ ਨੰਨਾ ਨਹੀਂ ਪਾਈ ਜਾਂਦਾ ਮੇਰੇ ਭਾਈ, ਨੰਨਾ ਨਹੀਂ ਪਾਈ ਦਾ ਕੋਈ ਕੰਮ ਸ਼ੁਰੂ ਕਰਿਆ ਨਾ, ਨੰਨਾ ਨਹੀਂ ਪਾਈ ਦਾ ਆਉਂਦਾ। ਮੈਨੂੰ ਤਾਂ ਬੇਫਿੱਟ ਕੰਮ ਹੈ, ਮੇਰੇ ਤਾਂ ਜਮਾ ਪਸੰਦ ਨਹੀਂ ਹੈਗਾ ਇਹ, ਮੈਂ ਉਹਦੇ ਪੇਕਿਆਂ ਦੀ ਬੇਇੱਜ਼ਤੀ ਨਹੀਂ ਕਰਵਾਉਣੀ। ਇਹਦੀ ਬੇਇੱਜ਼ਤੀ ਵਾਲੀ ਕੰਮ ਕੀ ਆ, ਲੋਕ ਇੰਨਾ ਨਾ ਕੰਮ ਕੋਠੀਆਂ ਪਾਈ ਦਾ ਭਾਇਆ, ਜਹਾਜ਼ ਖਰੀਦ ਉਹ ਮਿੱਠੂ ਕੁਵਾੜੀਆਂ ਨਾ ਜਹਾਜ਼ ਖਰੀਦੀ ਜਾਂਦਾ, ਜਹਾਜ਼ ਕੁਵਾੜੀ ਕੇ ਮਸ਼ਹੂਰ ਕਰ ਰੱਖਿਆ ਹੈਗਾ, ਜਿਹੜਾ ਕੰਮ ਅਗਲੇ ਨੂੰ ਹੁੰਦਾ ਨਾ ਉਹੀ ਸੌਂਦਾ, ਤੈਨੂੰ ਇਹ ਕੰਮ ਸੌਂਦਾ। ਉਹ ਇੱਕ ਵਾਰੀ ਗੱਲ ਸੁਣ ਲੈ, ਪਹਿਲਾਂ ਮੈਂ 2-3 ਮਹੀਨੇ ਆਪ ਕੰਮ ਕਰੂੰਗਾ, ਉਦੋਂ ਬਾਅਦ ਕੁਰਸੀ ਤੇ ਬੈਠਣਾ, ਬੰਦੇ ਰੱਖਾਂਗੇ ਆਪਾਂ, ਉਹ ਬੰਦੇ ਰੱਖੇ ਹੋਏ ਆ ਮੂਹਰੇ, ਮੈਂ ਤਾਂ ਕੁਛ ਵੀ ਨਹੀਂ ਕਰਨਾ, ਬੈਠ ਕੇ ਦੇਖੀ ਚਿੱਟੇ ਪਾ ਕੇ ਐ ਬਹਿਜਾ ਕਰੂੰਗਾ। ਆਹੋ ਚਿੱਟੇ ਕੱਪੜੇ ਤੇ ਕਵਾੜੀਏ ਤੈਨੂੰ ਹੀ ਸੌਣਗੇ। ਤੂੰ ਟਿਕ ਜਾ ਟਿਕ ਜਾ, ਮੈਥੋਂ ਆ ਦੇ, ਆਪਾਂ ਨੂੰ ਪੈਸਾ ਲਾਉਣ ਦੀ ਵੀ ਲੋੜ ਨਹੀਂ, ਆ ਦੇ ਤੱਕੜੀ ਵੀ ਹੈਗੀ। ਆਹੋ ਮੇਰੀ ਉਹਦੇ ਵਾਲੀ ਹੈ ਇਹ ਤੱਕੜੀ ਦਊ ਤੈਨੂੰ ਮੈਂ, ਹੈ ਲੋਕਾਂ ਨੇ ਜੁੱਤੀਆਂ ਤੋਲਣ ਨੂੰ। ਕਾਹਦੇ ਵਾਲੀ ਹੈ ਤੈਨੂੰ? ਮੈਂ 100 ਚੀਜ਼ ਤੋਲਦੀ ਇਹਦੇ ਨਾਲ ਕਰੇ। ਚਲ ਕੋਈ ਗੱਲ, ਮੈਂ ਕੰਪਿਊਟਰ ਕੰਡਾ ਲਿਆਉਂਗਾ, ਆਈਏ 10,000 ਤੇ ਦੇਖੀ ਚਾਉ, ਮੈਂ ਲਾਉਂਗਾ ਦੇਖ ਕਵਾੜ ਕਰੂੰਗਾ, ਕੰਮ ਕਰੂੰਗਾ ਕਵਾੜ ਦਾ। ਨਾ ਟਿੱਕੇ ਦੇਖ ਲੈ ਇਹਨੂੰ ਸੌਂਦਾ ਹੁਣ ਇਹ ਕਵਾੜ, ਜਮੀ ਸ਼ਰਮ ਨਹੀਂ ਮੰਨਦਾ ਹੈਗਾ, ਬੇਇੱਜ਼ਤੀ ਕਰਾ ਦੇ ਥਾਂ ਥਾਂ ਮੇਰੀ। ਉਹ ਗੱਲ ਸੁਣ, ਹਾਂ ਉਹ ਕਵਾੜ ਦਾ ਕੰਮ 10,000 ਰੁਪਇਆ ਵੀ ਲਾ ਲਾ, ਗੱਲ ਸੁਣ ਲਾ ਯਾਰ ਮੇਰੀ ਗੱਲ ਸੁਣ ਲਿਆ ਕਰ, ਰੋਜ਼ ਦਾ 10,000 ਰੁਪਇਆ ਲਾ ਲਾ, ਮਹੀਨਾ 3 ਲੱਖ ਹੋ ਗਿਆ ਤੈਨੂੰ, ਰਾਣੀ ਹਾਰ ਕੀ ਕੁਛ ਮਰਜ਼ੀ ਕਰ ਲਿਆ, ਐਸ਼ ਕਰਾਇਆ ਕਰੀ ਫੁੱਲ, ਹੈ ਕਿੱਥੇ ਹੁਣ ਤੂੰ ਆਪਾਂ 6 ਮਹੀਨਿਆਂ ਦੀ ਉਹ ਫਸਲ ਟੀਕਦਾ ਵੀ 6 ਮਹੀਨਿਆਂ ਬਾਅਦ ਫਸਲ ਆਊਗੀ, ਹੈ ਫਿਰ ਆਪਾਂ ਉਹ ਸਮਾਨ ਲਿਆਵਾਂਗੇ, ਕਿਤੇ ਮਹੀਨੇ ਦੇ ਮਹੀਨੇ ਰੋਜ਼ ਦੀ ਰੋਜ਼ ਖਾਇਆ ਪੀਆ ਕਰੀ, ਨਾ ਖਾਣ ਪੀਣ ਵਾਲੀ ਚੀਜ਼ਾਂ ਵੱਧ ਲਿਆ ਕਰ। ਮੈਂ ਪੁੱਛਣਾ ਉਹਦੇ ਨਾਲ ਕੀ ਪਤਾ, ਅੱਧ ਹੀ ਕਰ ਲਾ ਦੁਕਾਨ ਦਾ, ਮੈਂ ਉਹਨੂੰ ਕਹਿਣਾ ਵੀ ਮੇਰਾ ਅੱਧ ਪਾਲਾ ਪੈਸੇ ਮੇਰੇ ਤੋਂ ਲੈ ਲਾ, ਚੰਗਾ। ਅੱਜ ਤਾਂ 7 ਕਿੱਲਿਆਂ ਤੇ ਨੀ ਰਾਣੀ ਹਾਰ ਪਿਆ, ਕਵਾੜ ਕਰਕੇ ਰਾਣੀ ਹਾਰ ਪਾਵੇਗਾ, ਸ਼ਰਮ ਨਹੀਂ ਆਉਂਦੀ ਹੈਗੀ ਇਸ ਬੰਦੇ ਨੇ, ਕਿਤੇ ਵੀ ਨੀ ਮੰਨੀ, 5-6 ਸਾਲ ਹੋ ਗਏ ਇਸਦੇ ਘਰ ਚ ਆਈ ਨੂੰ, ਬੇਕਦਰੀ ਕਰ ਰੱਖੀ ਆ। ਚੱਲ ਚੱਕ ਕੇ ਘਰ ਹੀ ਆਵਾਂ। ਨੀ ਕਿੱਧਰ ਤੱਕੜੀਆਂ ਜਾਂ ਚੱਕੀ ਫਿਰਦੀਆਂ ਵਾ ਨਾ? ਕੁਛ ਨੀ, ਉਹ ਤਾਂ ਤੱਕੜੀ ਜੀ ਸੀੜੀ ਉਧਰ ਧਰ ਕੇ ਸੀ, ਲੈ ਕਮਲ ਉਧਰੋਂ ਮੈਂਜਾ ਫੜ, ਇੱਧਰ ਕਰ ਲਈਏ ਆਪਾਂ। ਨੀ ਲੈ ਕਰ ਲੈ ਭੈਣੇ, ਜਿੱਧਰ ਕਰਨਾ ਹੋਰ ਲੈ ਨੂੰ ਹੋ ਜਾ, ਬਹਿ ਜਾ ਹੁਣ, ਆ ਜਾ। ਨੀ ਮੈਂ ਸੁਣਾ ਕਿਵੇਂ ਆਈ ਆ? ਨੀ ਮੈਂ ਤਾਂ ਉਈ ਉਹ ਆ ਗਈ, ਮੈਂ ਕਿਹਾ ਕਹਿੰਦੀ ਰਹਿੰਦੀ ਆ ਮੇਰੇ ਘਰੇ ਆਉਂਦੀ ਨੀ, ਮੈਂ ਕਿਹਾ ਚੱਲ ਅੱਜ ਜਾ ਹੀ ਆਵਾਂ। ਕਮਲ ਮੈਨੂੰ ਕਿੰਨੇ ਦਿਨ ਹੋ ਗਏ ਸੁਨੇਹੇ ਲਾਉਂਦੀ ਨੂੰ, ਤੂੰ ਆਈ ਹੋਈ ਨੀ। ਸੁਨੇਹਾ ਤਾਂ ਅਮਨ ਮੈਨੂੰ ਤੇਰਾ ਮਿਲ ਗਿਆ ਸੀ, ਪਰ ਮੇਰੇ ਕੋਲੇ ਟਾਈਮ ਨਹੀਂ ਸੀ। ਦੱਸ ਬੀਜੀ ਰਹਿਣ ਨੂੰ ਕਿਹੜੀ ਤੂੰ ਡਿਊਟੀ ਕਰਦੀ ਹੈਗੀ? ਨਹੀਂ ਡਿਊਟੀ ਤਾਂ ਨਹੀਂ ਕਰਦੀ, ਘਰ ਦੇ ਕੰਮ ਧੰਦੇ ਕਿੰਨੇ ਹੁੰਦੇ ਆ, ਫਿਰ ਇੱਕ ਉਧਰ ਬਾਬਿਆਂ ਦੇ ਭੰਡਾਰਾ ਸੀ, 2 ਦਿਨ ਉਧਰ ਲੱਗ ਗਏ ਸਾਡੇ ਬਾਬਾ ਜੀ ਦੇ। ਉਧਰ ਤਾਂ ਤੂੰ ਸੇਵਾ ਜਮੀ ਨਹੀਂ ਛੱਡਦੀਗੀ, ਚਾਹੇ ਘਰ ਦਾ ਕੰਮ ਪਿਆ ਰਹੇ ਪਰ ਸੇਵਾ ਨਹੀਂ ਛੱਡਦੀ। ਨਾ ਭੈਣੇ, ਉਧਰ ਤਾਂ ਅਸੀਂ ਜਾਣੀ ਜਾਣਾ, ਸਾਡੇ ਤਾਂ ਬਾਬਾ ਹੜੇ ਕੰਮ ਕੱਢਦਾ ਗਾ। ਹਾਂ ਅਸੀਂ ਤਾਂ ਚੌਂਕੀ ਤੇ ਵੀ ਜਾਂਦੇ ਆ ਬਾਬੇ ਦੇ। ਮੈਂ ਤਾਂ ਜਿਹੜਾ ਕੰਮ ਕਹਿ ਦਿੰਦੀ ਆ ਨਾ ਮੇਰਾ ਤਾਂ ਉਹੀ ਕੰਮ ਸਿਰੇ ਚੜ ਜਾਂਦਾ ਗਾ। ਚੱਲ ਫਿਰ ਕੀ ਡਰ ਆ ਨਾ, ਸੇਵਾ ਕਰਨ ਦਾ ਵੀ ਕੋਈ ਡਰ ਨਹੀਂ ਹੈਗਾ। ਲੈ ਹੋਰ ਹੁਣ ਸੇਵਾ ਤਾਂ ਕਰਨੀ ਪੈਂਦੀ ਆ ਭੈਣੇ, ਤਾਂ ਹੀ 2 ਦਿਨ ਲੱਗ ਗਏ ਉਧਰ ਮੈਨੂੰ। ਆਪਾਂ ਤਾਂ ਬਾਬਿਆਂ ਦਾ ਭੰਡਾਰਾ ਕਰਵਾ ਕੇ ਸਾਰਾ ਸਾਂਭ ਸਫਾਈ ਕਰਾ ਕੇ ਤਾਂ ਫੇਰ ਆਏ ਆ ਭੈਣੇ। ਕਮਲ ਉਸੇ ਕੰਮ ਖਾਤਰ ਹੀ ਮੈਂ ਬੁਲਾਇਆ, ਥੋੜੀ ਤਾਂ ਬਾਬਾ ਮਾੜੀ ਮੋਟੀ ਮੰਨਦਾ ਹੈਗਾ, ਸਾਡਾ ਵੀ ਕੰਮ ਜਾ ਕਰਵਾ ਦੇ। ਦੱਸ ਕੀ ਕੰਮ ਆਵਣ, ਕਿ ਜਵਾਕ ਜਬੂਕ ਬਾਰੇ ਕਹਿੰਦੀ ਹੈ ਕੋਈ? ਨਾ ਨੀ ਕਮਲ, ਅੱਜ ਜਵਾਕ ਜਬੂਕ ਤਾਂ ਜਦੋਂ ਹੋਣੇ ਹੋਏ ਹੋ ਜਾਣਗੇ, ਇਹ ਤਾਂ ਨਾਲੇ ਤੈਨੂੰ ਪਤਾ ਆਪਦੀ ਮਰਜ਼ੀ ਨਾਲ, ਕਿਤੇ ਪਰਮਾਤਮਾ ਦੀ ਮਰਜ਼ੀ ਹੋਈ ਜਦੋਂ ਉਹਦੀ ਹੋਣਗੇ, ਆਪਣੀ ਕੱਲ ਨਾਲ ਹੀ ਹੁੰਦੇ ਇਹ ਨਾਲੇ। ਮੈਂ ਤਾਂ ਉਹੀ ਗੱਲ, ਮੇਰੇ ਮਾਂ ਪਿਓ ਨੇ ਨਾ ਜ਼ਮੀਨ ਦੇਖ ਲਈ, ਮੈਂ ਤਾਂ ਡੋਬਤੀ। ਨਾ ਮਨ, ਮੈਨੂੰ ਐਂ ਸਮਝ ਨਹੀਂ ਆਉਂਦੀ, ਸਾਰਾ ਕੁਛ ਤਾਂ ਤੁਹਾਡੇ ਕੋਲ ਹੈਗਾ, ਤੈਨੂੰ ਕਾਹਦੀ ਘਾਟ ਹੈ? ਸੁਖਨਾ ਸੋਹਣੀ ਜ਼ਮੀਨ ਹੈ, ਸਾਰੀ ਚੀਜ਼ ਹੈ, ਸਾਰਾ ਕੁਛ ਚੰਨੀ ਕਰੀ ਜਾਂਦਾ, ਲੋਕਾਂ ਤੋਂ ਪੈਸੇ ਦਿੰਦਾ ਫਿਰਦਾ ਵਿਆਜ ਤੇ। ਉਹ ਤਾਂ ਲੋਕਾਂ ਖਾਤਰ ਹੀ ਹੈ ਭੈਣੇ, ਮੇਰੇ ਖਾਤਰ ਨਹੀਂ। ਮੈਨੂੰ ਤਾਂ ਉਹੀ ਗੱਲ ਆ ਕਿ ਪਿੰਡੇ ਜੂਣੀ ਦਿੰਦਾ, 5 ਰੁਪਏ ਦੀ ਚੀਜ਼ ਕੀ ਮੰਗਾ ਲਾਂ, ਉਹ ਵੀ ਕਹਿ ਦਾ
ਨਾ ਨਾ 5 ਰੁਪਏ ਲੱਗਣਗੇ, ਰਹਿਣ ਤੇ ਸਬਜ਼ੀ ਆਊਗੀ। ਲੈ ਦੱਸ ਆਈ ਕਰਦੇ ਤੇਰੇ ਨਾਲ, ਨੀ ਮੇਰੀ ਗੱਲ ਸੁਣ, ਉਹਦੇ ਨਾਲ ਮਿੱਠੇ ਪੋਚੇ ਮਾਰਿਆ ਕਰ ਚੰਗੀ ਤਰ੍ਹਾਂ, ਬਲਿਆ ਕੇ ਰੱਖਿਆ ਕਰ ਬਾਹਰ ਨੇ, ਬੰਦੇ ਦੀ ਕੀ ਹਿੰਮਤ ਹੈ ਵੀ ਆਖੇ ਨਾ ਲੱਗੇ। ਕਿੰਨੇ ਕੁ ਮਿੱਠੇ ਪੋਚੇ ਮਾਰੀ ਚੱਲਾਂ, ਜੇ ਮਾੜਾ ਜਿਹਾ ਬੁਲਾਉਣੀ ਹੈ ਵੱਢ ਖਾਊਂਗਾ ਮੂੰਹ ਪੈਂਦਾ ਹੈਗਾ। ਨੀ ਦੋ ਇੱਕ ਵਾਰੀ ਜੀ ਜੂ ਜਾ ਕਹਿ ਦਿਆ ਕਰ ਮਿੱਠੀ। ਬਥੇਰਾ ਜੀ ਜੀ ਕਹਿ ਕੇ ਬੁਲਾਉਣੀ ਹੈਗੀ, ਉਹ ਨਹੀਂ ਭੇਜਦਾ, ਉਹਨੂੰ ਇਹ ਵੀ ਜੇ ਮੈਂ ਮਿੱਠਾ ਬੋਲ ਪਿਆ ਨਹੀਂ ਪਤਾ ਕੋਈ ਚੀਜ਼ ਮੰਗਵਾ ਲੇ। ਅੱਛਾ ਹਾਂ, ਇੰਨਾ ਕੰਜੂਸੀ ਕਰਦਾ ਤੇਰੇ ਨਾਲ? ਬਾਹਲੀ ਕੰਜੂਸੀ ਕਰਦਾ, ਤਾਂ ਬਾਹਰ ਹੀ ਆ ਭੈਣੇ, ਪੈਸਾ ਟਕਾ ਜਿਹੜਾ ਦੇਈ ਜਾਂਦੇ ਨੇ, ਮੈਨੂੰ ਨਹੀਂ ਇੱਥੇ ਘਰ 'ਚ ਕੋਈ ਮੇਰੀ ਕਦਰੇ ਨਹੀਂ ਹੈਗੀ। ਨਹੀਂ ਨਾ ਭੈਣੇ, ਐਂ ਤਾਂ ਮੇਰੇ ਘਰ ਵਾਲਾ ਬਲਾਈ ਚੰਗਾ, ਮੈਨੂੰ ਤਾਂ ਸਾਰੀ ਚੀਜ਼ ਲਿਆ ਕੇ ਦਿੰਦਾ। ਤੰਗੋ ਤਾਂ ਭੈਣੇ ਤੈਨੂੰ ਕਹਿੰਦੀ ਆ, ਅਤੇ ਦੇਖਦੀ ਵੀ ਹੁੰਦੀ ਹਾਂ ਤੇਰੇ ਤਾਂ ਕਿੱਡੇ ਕਿੱਡੇ ਸੋਹਣੇ ਸੂਟ ਪਾਏ ਹੁੰਦੇ ਨੇ, ਨਾਲੇ ਦੇਖ ਲਾ ਕਿੰਨਾ ਕਿੰਨਾ ਸਮਾਨ ਲਿਆ ਕੇ ਦਿੰਦਾ ਹੈਗਾ। ਐ ਮੈਨੂੰ ਲੱਗਦਾ ਘੜੀ ਵੀ ਤੈਨੂੰ ਲਿਆ ਕੇ ਦਿੱਤੀ ਹੋਣੀ ਹੈ ਨਾ ਹੁਣ। ਲੈ ਹੋਰ ਹੁਣ ਘੜੀਆਂ ਤਾਂ ਮੇਰੇ ਕੋਲ 2-3 ਨੇ। ਫਿਰ ਇੱਥੇ ਸਾਰੀ ਚੀਜ਼ ਨੂੰ ਤਰਸਦੀ ਹਾਂ, ਤੂੰ ਆਪ ਹੀ ਲੈ ਲਾ, ਫਿਰ ਪੈਸਾ ਕੀ ਕਰਨਾ ਮੈਂ, ਜਦੋਂ ਬੰਦਾ ਹੈ ਨਾ ਚੀਜ਼ ਕਿੰਨੂ ਹੀ ਤਰਸੀ ਜਾਵੇ। ਇਹ ਤਾਂ ਗੱਲ ਤੇਰੀ ਸਹੀ ਹੈ ਭੈਣੇ, ਜਮਾਂ ਸਹੀ ਹੈ ਤੇਰੀ ਗੱਲ। ਇਹੋ ਜਿਹੀ ਜ਼ਿੰਦਗੀ ਦਾ ਵੀ ਕੀ ਕਰਨਾ ਮੈਂ, ਨਰਕ ਬਣ ਰਹੀ ਮੇਰੀ ਜ਼ਿੰਦਗੀ ਤਾਂ। ਮੈਂ ਤਾਂ ਬੁਲਾਈ ਸੀ ਭੈਣੇ ਤੈਨੂੰ ਵੀ ਕੋਈ ਤੂੰ ਮੇਰਾ ਹੀਲਾ ਕਰਕੇ ਦੇ। ਨਾ ਹੀਲਾ ਕੀ ਫਿਰ ਅਮਨ, ਵੀ ਮੈਂ ਹੁਣ ਚੰਨੀ ਨੂੰ ਸਮਝਾਵਾਂ? ਨਹੀਂ ਨਹੀਂ ਭੈਣੇ, ਇਹ ਸਮਝਾਉਣ ਨਾਲ ਹੀ ਲੋਟ ਆਉਂਦਾ, ਮੇਰੇ ਸਾਰੇ ਰਿਸ਼ਤੇਦਾਰ ਆ ਕੇ ਸਮਝਾ ਗਏ, ਪਰ ਇਹ ਤਾਂ ਕੰਨ ਤੇ ਜੂਣੀ ਸੜਕਦੀ। ਨਾਲੇ ਭੈਣੇ ਇੱਕ ਗੱਲ ਹੋਰ, ਜਿਹੜਾ ਕੰਮ ਮੈਨੂੰ ਪਸੰਦ ਨਹੀਂ ਨਾ, ਇਹ ਉਸੇ ਕੰਮ ਨੂੰ ਹੱਥ ਪਾਉਂਦਾ। ਲੈ ਭੈਣੇ ਤੇਰੇ ਨਾਲ ਤਾਂ ਫਿਰ ਬਾਲੀ ਓ ਮਾੜੀ ਹੁੰਦੀ ਹੈ, ਨਾ ਤੈਨੂੰ ਕੱਪੜਾ ਲੀੜਾ ਲਿਆ ਕੇ ਨਹੀਂ ਦਿੰਦਾ? ਕੱਪੜਾ ਲੀੜਾ ਕੀ, ਐਂ ਤਾਂ ਵਿਆਹ ਸ਼ਾਦੀ ਤੇ ਤਾਂ ਲਈ ਦਿੰਦਾ ਹੈਗਾ। ਅੱਛਾ, ਐਂ ਨਹੀਂ ਹੈਗਾ ਵੀ ਆਮ ਖਾਸਾ, ਘਰੇ ਲਿਆ ਤਾਂ ਕੋਈ 2-4 ਮਹੀਨੇ ਤਾਂ ਸੂਟ ਵੀ ਲੈ ਸਮਾਲਾ, ਉਦੋਂ ਤਾਂ ਇਹਦੇ ਪਿੱਛੂ ਪੈ ਜਾਂਦੇ ਨੇਗੇ। ਤੇ ਨਾਲੇ ਇੱਕ ਗੱਲ ਹੋਰ, ਆਹ ਨਵੇਂ ਕੰਮ ਜਾਂ ਸ਼ੁਰੂ ਕਰਨ ਜਾ ਰਿਹਾ, ਮੈਂ ਤਾਂ ਇੰਨਾ ਸਮਝਾ ਕੇ ਥੱਕ ਲਈ। ਨਵਾਂ ਕੰਮ? ਆਹੀ ਜਿਹੜਾ ਕਵਾੜੀ ਏ ਜਿਹੜਾ ਹੁੰਦਾ, ਭਲਾ ਦੀ 7 ਕਿੱਲਿਆਂ ਨੂੰ ਸੌਂਦਾ ਕੰਮ ਉਹ? ਅੱਛਾ, ਕਵਾੜ ਦਾ ਕੰਮ ਕਰਨ ਨੂੰ ਫਿਰਦਾ ਹੈ? ਭੈਣੇ ਸ਼ਰਮ ਨਹੀਂ ਆਉਂਦੀ, ਤੂੰ ਆਪੇ ਸਿਆਣੀ ਏ। ਨਹੀਂ ਹੋਰ ਤੁਹਾਡੇ ਕੋਲ ਤਾਂ ਬਾਣ ਹੈਗਾ ਚੰਗਾ ਭਲਾ, ਬਸ ਬਾਣ ਕਰੀ ਜਾਵੇ ਆਪਦਾ। ਕਹਿੰਦਾ ਉਹ ਚੋਂ ਕੁਛ ਬਚਦਾ ਨੀ, ਅੱਗੇ ਉਹ ਚੋਂ ਇੰਨਾ ਪੈਸਾ ਬਚਦਾ, ਇਹਨੂੰ ਪੁੱਛਣ ਵਾਲਾ ਹੋਵੇ ਉਹ ਕਿੰਨਾ ਕਿੱਥੋਂ ਲਿਆਉਂਦਾ ਗੰਦ ਪਿੱਲ ਚੱਕ ਕੇ, ਉਹ ਚ ਹੱਥ ਮਾਰਿਆ ਕਰੂਗਾ ਇਹ। ਬਥੇਰਾ ਸਮਝਾ ਕੇ ਥੱਕ ਗਈ, ਪਰ ਇਹ ਨੀ ਸਮਝਦਾ ਭੈਣੇ, ਮੈਂ ਤਾਂ ਤਾਈਓ ਤੈਨੂੰ ਬੁਲਾਇਆ ਸੀ, ਤੂੰ ਹੀ ਦੱਸ ਮੈਨੂੰ ਜਿਹੜੇ ਬਾਬੇ ਕੋਲੇ ਜਾਣੀ ਹੁੰਦੀ ਹੈ। ਅੱਛਾ ਵੀ ਤੂੰ ਕਹਿੰਦੀ ਆ ਵੀ ਆਪਾਂ ਬਾਬੇ ਤੋਂ ਕੋਈ ਕਰਾਈਏ ਦਾ ਠੂਣਾ ਠਾਪਾ? ਹਾਂ। ਅੱਛਾ ਵੀ ਬੱਸ 'ਚ ਕਰਨਾ? ਬੱਸ 'ਚ ਹੀ ਕਰਨਾ ਭੈਣੇ, ਕਿਵੇਂ ਮਰਜ਼ੀ ਸਮਝ ਲਾ ਹੁਣ ਤੂੰ। ਫਿਰ ਮੇਰੀ ਗੱਲ ਸੁਣ, ਮੇਰੇ ਨਾਲ ਸ਼ਨੀਵਾਰ ਨੂੰ ਚੱਲਣੀ ਤੂੰ। ਸ਼ਨੀਵਾਰ ਨੂੰ? ਹਾਂ ਸ਼ਨੀਵਾਰ ਨੂੰ, ਜਾਨੀ ਬਾਰ ਨੂੰ। ਹਾਂ ਹਾਂ, ਬਾਰ ਨੂੰ ਚੌਂਕੀ ਲਾਉਂਦਾ ਬਾਬਾ। ਅੱਛਾ ਹਾਂ, ਕਰ ਤਾਂ ਦਊ? ਨਹੀਂ ਕਰ ਦੂਗਾ, ਬਸ ਭੈਣੇ ਮੇਰੀ ਗੱਲ ਮੰਨਣ ਲੱਗ ਜੇ ਜਿਹੜੀ ਗੱਲ ਹੈ। ਬਸ ਕੋਈ ਗੱਲ ਨਹੀਂ, ਇਹ ਤਾਂ ਤੇਰੇ ਅੱਗੇ ਪਿੱਛੇ ਲਿਟਦਾ ਫਿਰੂ। ਬਸ ਫਿਰ ਭੈਣੇ ਪੈਸੇ ਦੀ ਨਾ ਤੂੰ ਪਰਵਾਹ ਕਰੀ। ਕੋਈ ਗੱਲ ਨਹੀਂ, ਫਿਰ ਮੈਂ ਤੈਨੂੰ ਦੱਸੂ ਸ਼ਨੀਵਾਰ ਨੂੰ, ਉਹਦੇ ਚੱਲੀ ਮੇਰੇ ਨਾਲ। ਠੀਕ ਹੈ, ਸਾਰੀ ਗੱਲ ਸਮਝਾਵਾਂਗੇ ਬਾਬੇ ਨੂੰ ਵੀ, ਬਾਬਾ ਇਹੋ ਜਿਹਾ ਤਵੀਤ ਕਰਕੇ ਦੇ ਕੋਈ ਜਿਹੜਾ ਤੇਰੇ ਮੁੱਠੀ 'ਚ ਹੋ ਜਾਏ। ਹੋ ਜੇ, ਜਿਹੜੀ ਗੱਲ ਤੂੰ ਕਹੇ ਉਹੀ ਕਰੇ। ਸਹੀ ਗੱਲ ਹੈ, ਮੰਨ ਤਾਂ ਲਵੇ, ਨਹੀਂ ਤਾਂ ਮੇਰਾ ਬਾਪ ਸਮਝਾ ਗਿਆ ਆ ਕੇ, ਮੇਰੇ ਭਾਈ ਨੇ ਸਮਝਾ ਤਾ, ਕਹਿੰਦਾ ਇਹ ਤਾਂ ਉਹੀ ਬੋਲੀ ਜਾਂਦੇ ਨੇ, ਇਹਨਾਂ ਨੂੰ ਕੀ ਕਹਿਣਾ ਆ ਕੇ। ਨਾਲੇ ਭੈਣੇ ਮੇਰੇ ਤਾਂ ਪੇਕਿਆਂ ਨੂੰ ਸੌ ਸੌ ਕੁਛ ਪਰਖਦਾ, ਤੇਰੇ ਤਾਂ ਪੇਕੇ ਨੰਗਣੇ ਫਲਾਣਾ ਢੁੰਕਾ, ਅੱਗੇ ਮੈਨੂੰ ਤਾਂ 10-10 ਹਜ਼ਾਰ ਰੁਪਇਆ, ਪਤਾ ਨਹੀਂ 30-30 ਹਜ਼ਾਰ ਰੁਪਇਆ ਬਚਦਾ ਕੇ। ਲੈ ਨੀ ਨੰਗ, ਬੂਹਾ ਮਰ ਜਾ, ਪੇਕਿਆਂ ਨੂੰ ਤਾਂ ਨੰਗ ਖਵਾਉਣਾ ਪੈਣੇ, ਬਾਲਾ ਹੀ ਔਖਾ ਹੁੰਦਾ। ਮੈਂ ਤਾਂ ਬਥੇਰਾ ਕਿਹਾ ਵੀ ਮੈਨੂੰ ਜੋ ਕੁਛ ਮਰਜ਼ੀ ਕਹਿ ਲਿਆ ਕਰ, ਮੇਰੇ ਪੇਕਿਆਂ ਤੱਕ ਨਾ ਜਾਇਆ ਕਰ। ਸਿੱਧਾ ਕਹਿ ਦੇ ਕਿ ਮੇਰੇ ਪੇਕਿਆਂ ਤੱਕ ਜਾਣ ਦੀ ਲੋੜ ਨਹੀਂ, ਜਿਨ੍ਹਾਂ ਨੇ ਕਤੀ ਦੇਤਾ ਸਭ ਕੁਛ ਦੇਤਾ, ਫਿਰ ਉਹ ਨੰਗ ਕਾਹਦੇ 'ਚ ਰਹਿ ਗਏ ਭਈ। ਉਮਨ ਮੈਂ ਤੈਨੂੰ ਐਂ ਕਹਿੰਦੀ ਸੀ, ਚੱਲ ਜੇ ਕਹਿੰਦਾ ਵੀ 20-30 ਹਜ਼ਾਰ ਰੁਪਇਆ ਬਚਦਾ ਐਂ ਕਵਾੜੀਆਂ ਨੂੰ ਮਹੀਨੇ ਦਾ, ਤੇ ਊਂ ਕੋਈ ਕੰਮ ਮਾੜਾ ਵੀ ਨਹੀਂ, ਚੱਲ ਫਿਰ ਕਰ ਲੈਣ ਦੇ। ਲੈ ਕਮਲ ਤੂੰ ਵੀ ਉਹਦੀਆਂ ਗੱਲਾਂ 'ਚ ਆ ਗਈ ਮਿੰਟ 'ਚ ਦੀ,
ਆ ਪੈਸਿਆਂ ਨੇ ਤਾਂ ਨਾ ਜੈਰੋ ਦੀ ਦੁਨੀਆਂ ਦੀ ਮਾਤੇ ਮਾਰਤੀ, ਆ ਤੂੰ ਵੀ 30,000 ਦੇਖ ਕੇ ਮਿੰਟ ਚ ਦੀ ਹਾਂ ਕਰਤੀ। ਨਹੀਂ ਮੈਂ ਤਾਂ ਉਹ ਕਹਿੰਦੀ ਸੀ ਵੀ ਚੱਲ ਜੇ ਬਚਦੇ ਨੇ ਚਾਰਾਂ ਨੇ ਫਿਰ ਕਰ ਲੈਣਦੇ ਕੰਮ ਉਹਨੂੰ। ਇਹ ਤਾਂ ਭੈਣੇ ਨਿੱਕੀਆਂ ਮੋਟੀਆਂ ਜਾਤਾਂ ਨੂੰ ਸੌਂਦੇ ਨੇ, ਇਹ ਜ਼ਿਮੀਦਾਰ ਦੇ ਪੁੱਤ ਨੂੰ ਨਹੀਂ ਕੰਮ ਸੌਂਦਾ। ਤੂੰ ਆਪੇ ਆਪਦਾ ਦਿਮਾਗ ਲੜਾ ਕੇ ਦੇਖ। ਚੱਲ ਫਿਰ ਮੇਰੀ ਗੱਲ ਸੁਣਾ ਮਨ, ਹੋਰ ਤਾਂ ਫਿਰ ਹੁਣ ਕੋਈ ਹੱਲ ਨਹੀਂ ਜਦੋਂ ਤੇਰੀ ਗੱਲ ਨਹੀਂ ਮੰਨਦਾ, ਹੁਣ ਤਾਂ ਫਿਰ ਇੱਕੋ ਹੀ ਹੱਲ ਰਹਿ ਗਿਆ ਬਾਬਾ, ਉਹੀ ਲਾਓ ਪੱਕੇ ਪੈਂਚਰ। ਮੈਂ ਤਾਂ ਹਾਂ ਹੀ ਕਹਿੰਦੀ ਹਾਂ ਉਹ ਤੋਂ 11 ਕਰਵਾ ਦੇ ਭੈਣੇ, ਇਹ 11 ਦਿਮਾਗ 'ਚੋਂ ਕੀੜਾ ਨਿਕਲ ਜਾ ਲੋਹੇ ਵਾਲਾ ਇਹਦਾ। ਬਸ ਠੀਕ ਹੈ, ਆ ਪਤਾ ਨਹੀਂ ਕਿਹੜਾ ਕਬਾੜ ਜਾ ਕੀ ਨਾਂ ਲੈਂਦਾ ਹੁੰਦਾ ਇੱਥੇ, ਮਾਨਸਾ ਮੂਨਸਾ ਪਤਾ ਨਹੀਂ ਕੌਣ ਆ ਉਹ। ਅੱਛਾ ਅੱਛਾ ਉਹ ਜਹਾਂ ਜਾਣਾ ਮਿੱਠੂ ਕਬਾੜੀ। ਹਾਂ ਉਹ ਮਿੱਠੂ ਮੱਠੂ ਜਾ। ਅੱਛਾ ਅੱਛਾ ਉਹਦੇ ਮਗਰ ਲੱਗ ਰਿਹਾ, ਉਹਦੇ ਕੋਲੇ ਦੁਕਾਨ ਦੇਖ ਆਇਆ, ਉਹਦੀਆਂ ਉਂਗਲਾਂ 'ਤੇ ਚੜਿਆ ਪਿਆ ਭੈਣੇ ਤਾਂ। ਨਹੀਂ ਉਹ ਆਇਆ ਮਨ, ਕਰੀ ਤਾਂ ਖਰ ਬਹੁਤ ਕੁਛ ਜਾਂਦੀ ਹੈ ਦੁਨੀਆ ਹਨਾ ਕੰਮ ਧੰਦੇ। ਚੱਲ ਫਿਰ ਜੇ ਤੈਨੂੰ ਨਹੀਂ ਚੰਗਾ ਲੱਗਦਾ ਤੇਰੀ ਮਰਜ਼ੀ। ਭੈਣੇ ਮੈਨੂੰ ਵਧੀਆ ਨਹੀਂ ਲੱਗਦਾ, ਕੱਲ ਨੂੰ ਮੇਰੇ ਚਾਚੇ ਤਾਂ ਇਹ ਕੀ ਕਹਿਣਗੇ ਵੀ ਪ੍ਰਾਹੁਣਾ ਕਬਾੜ ਦਾ ਕੰਮ ਕਰਦਾ। ਹਾਂ ਕਬਾੜੀ ਆ ਹਨਾ, ਤੂੰ ਆਪ ਹੀ ਦੇਖ ਲਾ ਸੌਂਦਾ ਇਹ। ਇਹ ਵੀ ਗੱਲ ਤੇਰੀ ਠੀਕ ਹੈ, ਚੱਲ ਕੋਈ ਨਾ ਅਮਨ, ਫਿਰ ਹੁਣ ਤਾਂ ਇੱਕੋ ਹੀ ਹੱਲ ਹੈ। ਬਸ ਫਿਰ ਤੂੰ ਕਰ, ਪੈਸੇ ਦੀ ਟੈਨਸ਼ਨ ਨਾ ਲਈ ਤੂੰ, ਇਹ ਤਾਂ ਮੈਂ ਆਪੇ ਲੈ ਲੂੰਗੀ। ਬਸ ਕੋਈ ਗੱਲ ਨਹੀਂ, ਚੱਲ ਠੀਕ ਹੈ, ਕੋਈ ਗੱਲ ਨਹੀਂ ਹੈ, ਹੁਣ ਫਿਰ ਆਊ ਵੀ ਨਾ ਜਾਵੇ, ਮੈਂ ਚੱਲਦੀ ਹਾਂ ਤੇ ਤਿਆਰ ਰਹੀ ਬਾਹਰ ਨੂੰ। ਕੋਈ ਨਾ ਤੂੰ ਕਿਸੇ ਕੋਲੇ ਭਾਫਣਾ ਕੱਢੀ, ਜੇ ਬਾਈ ਜਾਣ ਤੇ ਤੈਨੂੰ ਕਿਤੇ ਟੱਕਰ ਵੀ ਗਿਆ ਨਾ ਰਸਤੇ ਚ, ਕਹ ਮੈਂ ਤਾਂ ਵੈਸੇ ਕੰਮ ਆਈ ਸੀ ਉਈ। ਨਹੀਂ ਤੂੰ ਬੋਲੀ ਹੋਈ ਆ, ਮੈਂ ਭਾਫਾ ਕੱਢੂਗੀ। ਹਾਂ ਆਹੋ, ਤੇ ਮੈਂ ਹੁਣ ਚੱਲਦੀ ਆ, ਤੇ ਬਸ ਤੂੰ ਭੁੱਲੀ ਨਾ। ਨਾ ਨਾ ਮੈਂ ਭੁੱਲਦੀ ਨਹੀਂ, ਜਾਂ ਤਾਂ ਮੈਨੂੰ ਕਰਦੀ ਫੋਨ ਤੇ ਜਾਂ ਕਿਸੇ ਦਾ ਸੁਨੇਹਾ ਲਾ ਦੀ। ਮੈਂ ਫੋਨ ਕਰ ਦੂੰ, ਮੇਰੀ ਗੱਲ ਸੁਣ, ਨਾਲੇ ਤੂੰ ਇਹਨੂੰ ਐ ਕਹਿਦੀ ਜੇ ਤਾਂ ਦਵਾਈ ਬੁੱਟੀ ਦਾ ਬਹਾਨਾ ਬਣਾ ਦੀ, ਜਾ ਕਹਿਦੀ ਮੈਂ ਤਾਂ ਪੇਕੇ ਜਾ ਕੇ ਆਉਂਦੀ ਆ। ਪੇਕੇ ਕਿਉਂ, ਮੇਰੇ ਦਰਦ ਜਾਂ ਹੁੰਦਾ ਰਹਿੰਦਾ, ਮੈਂ ਦਵਾਈ ਲਿਆਉਂਗੀ। ਆਹੋ ਠੀਕ ਐ ਕਹਿਦੀ, ਮੈਂ ਤਾਂ ਹਸਪਤਾਲ ਜਾਂਦੀ ਆ। ਠੀਕ ਐ, ਤੇ ਫਿਰ ਚੱਲਦੇ ਆਪਾਂ ਸ਼ਨੀਵਾਰ ਨੂੰ। ਹੈ ਹਾਂ ਠੀਕ ਐ, ਮੈਂ ਇਹਦਾ ਤਾਂ ਟਾਈਮ ਨਹੀਂ ਲੱਗਦਾ ਨਾ, ਮੈਨੂੰ ਪਤਾ ਹੈ, ਮੈਂ ਕਹਿ ਦੂੰ ਮੈਂ ਤਾਂ ਕਮਲ ਨੂੰ ਲੈ ਕੇ ਜਾਂਦੀ ਆ ਨਾਲ। ਆਹੋ ਚੱਲ ਦੇਖ ਲਈ ਜੇ ਮੈਨੂੰ ਠੀਕ ਲੱਗਿਆ ਮੈਂ ਦੱਸ ਦੇ। ਮਤਲਬ ਮੈਂ ਕੱਲੀ ਕੀ ਕਰੂੰਗੀ, ਤੈਨੂੰ ਲੈ ਜਾਊਂਗੀ ਨਾਲ। ਚੰਗਾ ਚੰਗਾ ਠੀਕ ਐ, ਹਾਂ ਠੀਕ। ਉਹਨਾਂ ਬਸ ਹੌਲੀ ਕਿਤੇ ਨੇ ਟੱਪੀ ਭਣੇ। ਚੰਗਾ ਚੰਗਾ, ਹਾਂ ਦੇਖ ਕੇ ਜੇ ਜਾਈ ਕਿਤੇ। ਠੀਕ ਐ ਠੀਕ ਐ, ਓਕੇ। ਹਾਂ ਇਹਨੂੰ ਤਾਂ ਹੁਣ ਮੈਂ ਕਰਵਾਉਣੀ ਆ ਕਬਾੜੀਏ ਦਾ ਕੰਮ ਇਹਨੂੰ ਤਾਂ। ਲੈ ਹੁਣ ਤਾਂ ਕਰਾ ਕੇ ਨਾ ਬਾਬੇ ਤੋਂ ਤਾਗਾ ਕਰੂੰ ਉਹਦੇ ਬੱਸ 'ਚ ਇਹਨੂੰ, ਫਿਰ ਮੰਗਾਇਆ ਕਰੂੰ ਕਿਤੇ ਠੰਡਾ, ਕਿਤੇ ਗਿਰੀਆਂ, ਕਿਤੇ ਕੁਰਕਰੇ, ਕਿਤੇ ਭੁਜੀਆ, ਫਿਰ ਨਜ਼ਾਰਾ ਆਊਗਾ, ਫਿਰ ਦੇਖਾਂ ਦੇ ਕੇ ਦੇਖੇ ਜਵਾਬ ਵੀ ਮੈਂ ਨਹੀਂ ਲਿਆਉਂਦਾ। ਲੈ ਬੁੜੀਆਂ ਦਾ ਕੀ ਲਾ ਦੇ ਲਾ, ਬਾਲ ਬਾਲਾਂ ਵੱਟੇ, ਆ ਲੈ ਭਾਂਡੇ ਆਪਾਂ ਵੀ ਵਿਖਾਇਆ, ਟੁੱਟਿਆ ਪੁਰਾਣਾ ਲੋਹਾ, ਕਾਪੀ, ਬੂਟ, ਚੱਪਲ ਅਧੀਆ ਵੇਚ ਲਾ, ਆਪਾਂ ਐਂ ਦਿਆ ਕਰਾਂ। ਓਕਾ ਬੇਚੰਨੀ, ਹਾਂ ਇੱਕ ਮਿੰਟ ਰੋਕਾ, ਆ ਕਬਾੜ ਵਾਲਾ ਕਿੱਧਰ ਹੈਗਾ, ਕਿੱਧਰ ਲੰਘਿਆ? ਕਬਾੜ ਵਾਲਾ ਇੱਥੇ ਤਾਂ ਹੈ ਨੀ। ਹਾਂ ਉੱਚ ਕਬਾੜ ਵਾਲਾ ਤਾਂ ਮੈਂ ਹੋਕਾ ਦੇ ਜਾਂਦਾ ਸੀ, ਕੀ ਵੇਚਣਾ? ਪਹਿਲਾਂ ਮੇਰੀ ਗੱਲ ਸੁਣ ਲਾ ਵੇ। ਹਾਂ ਮੈਨੂੰ ਤੇਰੀ ਰੇੜੀ ਤਾਂ ਦੀਦੀ ਨੀ, ਨਾ ਸੱਜੇ ਨਾ ਖੱਬੇ। ਉਹ ਰੇੜੀ ਆ ਜੇ ਦੱਸਾਂ, ਉਹ ਤਾਂ ਮੈਂ ਹੋਕੇ, ਉਹਦੀ ਕਿਵੇਂ ਕਹਿੰਦੇ ਹੁੰਦੇ ਨਵਾਂ ਕੰਮ ਚਲਾਉਣ ਵਾਸਤੇ ਕੁਛ ਕਰਨਾ ਪੈਂਦਾ, ਹੋਕਾ ਉਹ ਕਹਿੰਦੇ ਹੁੰਦੇ ਆ ਪ੍ਰੈਕਟਿਸ ਕਰਦਾ ਫਿਰਦਾ ਹੈ। ਹਾਂ ਪਤਾ ਨਹੀਂ ਵਾਸਤਾ ਨਹੀਂ ਪ੍ਰੈਕਟਿਸ ਕਰਦਾ ਹੈਗਾ। ਗੱਲ ਸੁਣ ਲਾ, ਉਹ ਤੂੰ ਚੜੀਆਂ ਨੇ ਗੱਲ ਸੁਣ, ਕਬਾੜ ਦਾ ਕੰਮ ਮੈਂ ਹੁਣ ਚਾਲੂ ਕਰਨ ਲੱਗਾ, ਮੈਂ ਜਾਂਦਾ ਵੀ ਕੰਡਾ ਖਰੀਦਣ ਤੇ ਇੱਕ ਰੇੜੀ ਖਰੀਦਣ, ਦੱਸ ਤੂੰ ਪੌਣੀ ਤੇ ਇੱਥੋਂ ਹੀ ਕਰ ਲੈਣੇ ਅੱਜ, ਤੇਰੀ ਪੌਣੀ ਦੇਖਦਾ ਕਿੰਨੀ ਚੰਗੀ ਹੈ, ਮੇਰਾ ਕੰਮ ਸ਼ੁਰੂ ਹੋਊਗਾ। ਹੈਗੀ ਤੇਰੇ ਕੋ ਆਹੋ ਕਬਾੜ ਸਾਡੇ ਨਾ ਟੁੱਟਿਆ ਫੁੱਟਿਆ ਜਾ ਉਹ ਪਿਆਗਾ, ਕੀ ਕਹਿੰਦੇ ਹੁੰਦੇ ਢੋਲ ਜਾ, ਤੇ ਹੋਰ ਲੋਹਾ ਪਿਆਗਾ। ਪਰ ਮੈਨੂੰ ਵੇਚ ਦੇ, ਕਬਾੜੀ ਹੈ ਜੇ, ਕਬਾੜੀ ਕਿੰਨੇ ਕੀ ਰੇਟ ਦਿੰਦੇ? ਤੂੰ ਦੱਸ ਕੀ ਰੇਟ ਲੈਣਾ? ਕੀ ਰੇਟ ਚੱਲਦਾ ਇਹਨਾਂ ਨੂੰ, 25 ਰੁਪਏ ਵਿੱਚ। ਹਾਂ 25 ਰੁਪਏ ਲੈਂਦਾ ਕਬਾੜੀਆ। ਬੇ ਤੂੰ ਤਾਂ ਸਸਤਾ ਉਹ ਕਰੀ ਜਾਂਦਾ ਕਰ, ਰਹਿਣ ਦੇ। ਉਹ ਨਹੀਂ ਨਹੀਂ ਕਬਾੜੀਆ 25 ਰੁਪਏ ਲੈਂਦਾ, ਮੈਂ 26 ਲਊਂਗਾ, 1 ਰੁਪਏ ਤੈਨੂੰ ਵਧਾ ਕੇ। 28 ਰੁਪਏ ਨਹੀਂ ਨਾ ਠੀਕ ਹੈਗਾ ਰੇਟ? 28 ਰੁਪਏ ਪਿਛਲੇ ਮਹੀਨੇ ਸੀ, ਹੁਣ ਨਹੀਂ। ਹੁਣ ਮੈਂ ਤੂੰ 25 ਲਓ, 25 ਰੁਪਏ ਦੇ ਕਬਾੜੇ ਕਹਿੰਦਾ, ਮੈਂ 26 ਲੈਣਾ, 1 ਰੁਪਿਆ ਮੈਨੂੰ ਘੱਟ ਹੀ ਪਊਗਾ। ਨਹੀਂ ਕਿਸੇ ਨੂੰ ਇੱਥੇ 23-24 ਲੈਣਾ ਸੀ,
ਤੈਨੂੰ ਮੈਂ ਚੱਲ ਤੈਨੂੰ ਬੋ ਨੀ ਕਰਿਆ ਪਹਿਲਾਂ ਤੂੰ ਪਹਿਲਾਂ ਗਾਹਕ ਆ ਮੇਰਾ ਤੈਨੂੰ ਰੁਪਇਆ ਵੱਧ ਦੇ ਜਾਂਦਾ ਮੈਨੂੰ ਤੂੰ ਘਾਟਾ ਘਾਟਾ ਪੈਣਾ ਪੈਣਾ ਪਰ ਤੈਨੂੰ ਵਾਧਾ ਹੋਵੇ ਚੱਲ ਠੀਕ ਆ ਮਨਜ਼ੂਰ ਆ ਚੱਲ ਆ ਜਾ ਠੀਕ ਆ ਜਾ ਆਜਾ ਆਜਾ ਨੰਗਿਆ ਆ ਵਿੱਚ ਨੀ ਮਸ਼ੀਨ ਜੀ ਬੇ ਤਾਂ ਪੱਠੇ ਕੁਤਰਦੇ ਆ ਗੇਲਾ ਦੱਸ ਐਡੀ ਵਧੀਆ ਚੀਜ਼ ਤੇ ਡੁੱਲ ਗਿਆ ਨੀ ਸਿੱਟਣੀ ਆ ਜਾ ਕਹਾਂ ਆ ਜਾ ਮੈਂ ਮੋਬੀ ਲੈ ਲੈਂਦਾ ਆਹੋ ਚੱਲ ਬੇ ਚੱਲ ਦਿਖਾਵਾ ਤੈਨੂੰ ਆ ਟੋਲ ਟੂਲ ਜੇ ਕਵਾੜ ਤੇ ਆ ਟੋਲ ਵੇਚਣਾ ਬੇ ਤਾਂ ਸਮਰਾ ਲਾਂਗੇ ਆਪ ਟੁੱਟਿਆ ਫੁੱਟਿਆ ਪਿਆ ਉਹ ਪਈਆਂ ਢੋਲੀਆਂ ਆਈਆਂ ਦੋ ਸਿੱਟੀਆਂ ਆਹਾ ਹਾਂ ਟਾਇਰ ਟੂਰ ਜੇ ਲੈ ਜੀ ਵਾਧੂ ਆ ਦੇ ਠੀਕ ਆ ਠੀਕ ਆ ਠੀਕ ਆ ਓਏ ਟੀਨ ਹੈ ਲੋਹਾ ਥੋੜੀ ਆ ਲੋਹੇ ਦੀਆਂ ਕਿੱਡੀਆਂ ਮੋਟੀਆਂ ਪੱਤੀਆਂ ਲੱਗੀਆਂ ਤੋਲ ਚ ਦੇਖ ਲਈ ਮਾੜਾ ਜਾ ਓਏ ਕੱਟ ਲੈਂਦੇ ਇਹ ਤੇ ਬੜਾ ਘੱਟ ਇਹ ਟੀਨ ਹੈ ਇਹ ਸਾਰਾ 10 ਰੁਪਏ ਕਿਲੋ ਆ ਪੱਤੀ ਦੇਖ ਲੈ ਮੋਟੀ ਕਿੰਨੀ ਹੈ ਮਗਰ ਆ ਦੇਖ ਲੈ ਪੱਤੀ ਇਹ ਮਾਲਾ ਤੇਰੀ ਗੱਲ ਮੰਨ ਲੈਣਾ ਇਹ ਘੱਟੋ ਘੱਟ ਜੇ 10 ਕਿਲੋ ਹੋ ਗਈ ਇਹ ਸਾਰੀ ਤੇ ਮੰਨ ਲਓ 1 ਕਿਲੋ ਹੋ ਗਿਆ 25 ਰੁਪਏ ਕਿਲੋ ਤੇਰਾ ਆ ਲਾ ਦੂੰਗਾ 26 ਚੱਲ 26 ਕਹਿੰਦਾ 26 ਗਿਆ ਸੀ ਹਾਂ ਹਾਂ ਤੇ ਆਹ ਤੇਰਾ 10 ਰੁਪਏ ਟੀਨ ਲਾ ਦੂੰਗਾ ਟੀਨ ਹੈ ਤੇ ਚੱਲ ਦੇਖ ਲੈ ਫਿਰ ਮੋਟਾ ਲੋਹਾ ਤੁਹਾਡਾ ਉਸ ਚ ਗਿਣਤੀ ਚ ਕਰੇਗਾ ਨਾ ਹਾਂ ਹਾਂ ਉਹ ਕਰਦਾ ਠੀਕ ਆ ਚੱਲ ਆ ਵੀ ਵੇਚਣਾ ਕਿਹੜਾ ਆ ਬੇ ਤਾਂ ਲੱਕੜ ਦਾ ਸੰਦੂਕ ਹੈ ਸਾਡੀ ਕੋਈ ਗੱਲ ਨਹੀਂ 3 ਰੁਪਏ ਕਿਲੋ ਇਹ ਲੈ ਜੂਗਾ ਬੁੜੀ ਦਾ ਸੰਦੂਕ ਹੈ ਲੜੂਗੀ ਮੇਰੇ ਨਾਲ ਕੁਛ ਨਹੀਂ 3 ਰੁਪਏ ਲੈ ਜੂਗਾ ਆ ਟਾਇਰ ਜਾ ਦੇਖ ਲਾ ਹੈ ਆ ਟਾਇਰ ਜਾ ਟਾਇਰ ਹਾਂ ਓਏ ਇਹ ਤਾਂ 2 ਰੁਪਏ ਕਿਲੋ ਲੈਂਦੇ ਹੁੰਦੇ ਅੱਜ ਦਿਹਾੜੀ ਇੱਥੇ ਹੀ ਬਣਾਉਂਗਾ ਹਾਂ ਹਾਂ ਮੈਂ ਕੀ ਕਹੀ ਇਹਨਾਂ ਤੋਂ ਕੁਛ ਨਹੀਂ ਇਹ ਟਾਇਰ ਇਹ ਸੁੱਕਿਆ ਪਿਆ ਤੇ ਉਹ ਕਵਾੜ ਚ ਵੇਚਣ ਵਾਸਤੇ ਸੁੱਕਾ ਹੋਵੇ ਗਿੱਲਾ ਹੋਵੇ ਤੈਨੂੰ ਇਹਦੇ ਤੱਕ ਕੀ ਮਤਲਬ ਹੈ ਫਿਰ ਕਵਾੜ ਚ ਉਹ ਜੇ ਗਿੱਲਾ ਹੁੰਦਾ ਹੈ ਵਧੀਆ ਹੁੰਦਾ ਫਿਰ ਤਾਂ 5 ਰੁਪਏ ਕਿਲੋ ਵਿਕ ਜਾਂਦਾ ਔਰ ਸੁੱਕਾ ਹੈ 2 ਰੁਪਏ ਕਿਲੋ ਵਿਕੂਗਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਆਉਣਾ ਕੱਡਾ ਲੈ ਕੇ ਗੱਲ ਸੁਣ ਇੱਕ ਸਾਡੇ ਨਾ 2 ਕੂਲਰ ਪਏ ਨੇ ਮੂਬੀ ਸੌਦਾ ਕਰ ਉਹਨੂੰ ਤੋਲਦੀ ਨਹੀਂ ਮੈਂ ਚਲ ਕੂਲਰ ਪਏ ਨੇ ਕੂਲਰ ਪਏ ਆ ਜਾ ਦਿਖਾਵਾਂ ਆਇਆ ਪਰ ਹੁਣ ਪਤਾ ਲੱਗਿਆ ਓਏ ਕਵਾੜ ਚ ਤਾਂ ਕੰਮ ਹੀ ਬੜਾ ਵਧੀਆ ਲੈ ਮਿੰਟਾਂ ਚ ਜੇ 3 ਰੁਪਏ ਲਾਤਾ ਹਾਂ ਬੇ ਤੂੰ ਕੱਲਾ ਕੁਛ ਬਾਹਲਾ ਹੀ ਕੁਛ ਬੋਲੀ ਜਾਂਦਾ ਗਾ ਮੈਂ ਤਾਂ ਐ ਸੋਚਦਾ ਮੈਂ ਕੰਡਾ ਲਿਆਵਾਂ ਕਾਈ ਮੂਬੀ ਲੈ ਚੱਕ ਕੇ ਜਿਹੜਾ ਤੈਨੂੰ ਮੈਂ ਮੂਬੀ ਇਹ ਚੱਲਦੇ ਨੇ ਮੋਟਰਾਂ ਸਹੀ ਨੇ ਇਹਨਾਂ ਦੀਆਂ ਆ ਤਾਂ ਤੈਨੂੰ 3000 ਤੋਂ ਘੱਟ ਦੇਣਾ ਨਹੀਂ ਹੈਗਾ ਹੈ ਸਟੈਂਡ ਬਣਿਆ ਹੋਇਆ ਲੋਹਾ ਪੱਕਾ ਉਹ ਗੱਲ ਸੁਣ ਲੈ ਪਰ ਚੱਲਦੇ ਹੁਣ ਭੋਂ ਖਰਾਬ ਹੋਣ ਮੈਂ ਤਾਂ ਕਵਾੜ ਚ ਵੇਚਨੇ ਆ ਹੈ ਮੈਂ ਕਿਹੜਾ ਇਹਨਾਂ ਦਾ ਹਵਾ ਲੈਣਾ ਮੈਂ ਤਾਂ ਘਰੇ ਏਸੀ ਲੱਗੇ ਹੋਏ ਆ ਨਾ ਨਾ ਫੇਰ ਨਹੀਂ ਆਪਣੀ ਗੱਲ ਬਣਦੀ ਫੇਰ ਤਾਂ ਤੂੰ ਉਹੀ ਲੈ ਜਾ ਐਂ ਚੱਲ ਐਂ ਨਹੀਂ ਗੱਲ ਕਿਉਂ ਨਹੀਂ ਬਣਦੀ ਗੱਲ ਬਣਾ ਕੇ ਜਾਊਂਗਾ ਮੈਂ ਬੋਣੀ ਸਾਰਾ ਸਮਾਨ ਲੈ ਕੇ ਜਾਊਂਗਾ ਫੇਰ ਨਾ ਸਾਡੇ ਦੇਖ ਪਹਿਲੀ ਬੋਣੀ ਪਰ ਮੈਨੂੰ ਘਾਟਾ ਹੀ ਪੈ ਜੇ ਲੋਕ ਤਾਂ ਕਮਾਈ ਵਾਸਤੇ ਕਮਾਈ ਦਾ ਕੁਆਰ ਕਰਦੇ ਮੈਂ ਘਾਟੇ ਵਾਸਤੇ ਬੰਦਾ ਤੂੰ ਹੁਸ਼ਿਆਰ ਬਹੁਤ ਹੈ ਉਹ ਹੁਸ਼ਿਆਰ ਨਹੀਂ ਮੈਂ ਉਹ ਪਹਿਲੀ ਗਾਹਕ ਰੱਬ ਦਾ ਰੂਪ ਹੁੰਦਾ ਪਹਿਲਾ ਗਾਹਕ ਕੰਮ ਕੋਈ ਚਲਾਉਣਾ ਤਾਂ ਕਿਸ ਤਰੀਕੇ ਨਾਲ ਚੱਲਦਾ ਹੁੰਦਾ ਆ ਕਿਸਮਤ ਤੇ ਦਾਣਾ ਪਾਣੀ ਇੱਥੇ ਲਿਖਿਆ ਹੋਇਆ ਮੇਰਾ ਚੱਲ ਤੂੰ ਐ ਛੱਡ ਦੋਨੇ 5000 ਚ ਚੁਕਾ ਕੇ ਗੱਲ ਮੰਨ ਲਾ ਹੁਣ ਨਹੀਂ ਨਹੀਂ 5000 ਦੀ ਗੱਲ ਤੇਰੀ ਨਾ ਮੇਰੀ ਹਾਂ 3500 ਨਾ ਨਾ ਇੰਨਾ ਘਾਟਾ ਨਹੀਂ ਖਾਦਾ ਜਾਂਦਾਗਾ ਮੈਂ ਛਿੱਤਰ ਖਾਣੇ ਬੰਦੇ ਤਾਂ ਤੂੰ ਤਾਂ ਲੱਗਿਆ ਪਿਆ ਆਪਦੇ ਇਹੋ ਕਰਨ 3500 ਨਹੀਂ ਤੇ ਫਿਰ 4000 ਚਾ ਚਾ 4 ਨਹੀਂ 3800 ਰੁਪਿਆ ਮੈਂ 200 ਫੇਰ ਖਾ ਗਿਆ ਵਿੱਚੋਂ ਉਹ 200 ਮੈਂ ਕਮਾਈ ਕਰਨੀ ਨਹੀਂ ਤੇਰੇ ਕੰਮ ਤੋਂ ਕਮਾਈ ਨਹੀਂ ਕਰਨੀ 3600 ਦਾ ਮਹਾ ਵਿਕਣ ਗਿਆ ਤੇ ਚੱਲ ਪੱਲਾ ਪੂਰਾ ਹੋ ਜੂ ਮੇਰੇ ਕੋਲ ਬਸ ਹੋਰ ਨਾ ਅੱਗੇ ਵਧੀ ਬਸ ਠੀਕ ਆ ਹਾਂ ਚੰਗਾ ਇਹ ਤੋਂ ਇਹ ਤਾਂ ਚੋਲਣੇ ਨਹੀਂ ਇਹ ਮੂਵੀ ਉਹ ਕਦੋਂ ਤੋਲੇਗਾ ਬਾ ਮੈਂ ਆਉਣਾ ਕੰਡਾ ਲੈ ਕੇ ਆਉਣਾ ਮੈਂ ਗੱਲ ਸੁਣ ਲਾ ਲੈ ਕੇ ਆ ਜਾ ਕੰਡਾ ਫਿਰ ਹੋਰ ਕੋਈ ਹੋਕਾ ਦੇਣ ਵਾਲਾ ਤੇ ਨਾ ਕਿਸੇ ਦੇਣਾ ਨਹੀਂ ਮੈਂ ਦੁੱਗਣੇ ਪੀ ਲਊਂਗਾ ਗੱਲ ਇਹ ਸੁਣ ਲੈ ਹਾਂ ਦੁੱਗਣੇ ਲੈ ਕਾਈ ਮੈਂ ਉਹ ਬੇ ਮੇਰੇ ਤਾਂ ਭੱਜ ਨੱਠ ਸੀ ਚੱਪਲ ਟੁੱਟ ਗਈ ਕੋਈ ਗੱਲ ਨਹੀਂ ਉਹ ਤਾਂ ਤੂੰ ਸੈਂਟਰ ਲਿਆਈ ਨਵੇਂ ਆ ਦੇਖ ਸੈਂਟਰ ਉਹ ਫਿਰ ਕਿਉਂ ਗਿਆ ਹੁਣ ਪੈਸੇ ਵੱਟੀ ਤੇ ਸੈਂਟਰ ਲਈ ਮੈਂ ਹੁਣ ਹੀ ਲਿਆਉਣਾ ਪਿਆ 1 ਮਿੰਟ ਚੱਲ ਚੱਲ ਮੈਂ ਦੇਖੂਗੀ ਤੈਨੂੰ ਹਾਂ ਹਾਂ ਬੜਾ ਹਿਆਰ ਹੈਗਾ ਇਹ ਕਿਤੇ ਹੋਰ ਨਾ ਘਰ ਵਾਲੇ ਤੋਂ ਖੁੱਡੇ ਦੇ ਖਾ ਲਾਂ ਤੇਜ਼ ਬੜਾ ਬੰਦਾ ਚੱਲ ਕੋਈ ਨਾ ਗੋਜੀ ਰੱਖ ਲਾਂਗੇ ਕੀ ਹੁੰਦਾ ਹੈਗਾ
ਚੱਲ ਬਣਨਗੇ ਅੱਜ ਤੱਕ ਇਕੱਠੇ ਪੈਸੇ। ਚੱਲ ਮਨਾ। ਓਏ ਅਮਨਾ ਉਹ ਕਿੱਧਰ ਮਰ ਗਈ? ਹਾਂਜੀ ਹਾਂਜੀ ਰਸੋਈ ਜਾਏਗੀ, ਕਿਧਰੇ ਨੀ ਮਰੀ। ਗੱਲ ਸੁਣ, ਉਹ ਪੈਸੇ ਨੂੰ ਫੜਾਈ ਨਾ ਸੁਬਾ ਫੜਾਈ ਸੀ। ਹਾਂ ਹਾਂ ਫੜਾਈ ਸੀ। 10,000 ਰੁਪਿਆ ਦਾ ਕਿੰਨੇ ਬਣ ਗਏ? 4 ਤੇ 4 ਤਾਂ 20,000 ਫੜਾ ਤੂੰ ਮੈਨੂੰ। ਕੀ ਕਰਨਾ ਪਹਿਲਾਂ ਇਹ ਤਾਂ ਦੱਸ ਦੋ। ਉਹ ਕਰਨਾ ਕੀ ਹੈ? ਬੈਠ ਤੂੰ ਦੱਸਾਂ ਮੈਂ। ਛੇਤੀ ਦੱਸ। ਮੈਂ ਕਿਹਾ ਨਾ ਤੈਨੂੰ, ਮੈਂ ਕਿਹਾ ਕਵਾੜ ਦਾ ਕੰਮ ਸ਼ੁਰੂ ਕਰਨਾ। ਮੈਂ ਦੇਖ ਉਹ ਚੌੜ ਕਰਦੇ ਕਰਦੇ ਨੂੰ ਮੈਂ ਪਹਿਲਾਂ ਹੁੱਕਾ ਮਾਰਿਆ। ਮੈਂ ਟੁੱਟਿਆ ਪੁਰਾਣਾ ਲੋਹਾ ਕਾਪੀ ਬੂਟ ਚੱਪਲਾਂ ਦੀਆਂ ਵੇਚ ਲਓ ਤਾਂ ਹੀ ਨਿਕਲਿਆ ਜੀ। ਤਾਂ ਹੀ ਕਹਿੰਦੇ ਇੱਥੇ ਕਵਾੜ ਵਾਲਾ ਬੰਦਾ ਸੀ, ਹੁੱਕਾ ਦੇ ਜਾਂਦਾ ਸੀ। ਤੇ ਕਹਿੰਦੇ ਕਿੱਥੇ ਆ ਉਹ? ਮੈਂ ਕਿੱਥੇ ਨੀ, ਮੈਂ ਹੀ ਸੀ। ਕਹਿੰਦੀ ਮੈਂ ਕਵਾੜ ਵੇਚਣਾ। ਮੈਂ ਕਵਾੜ ਵੇਚਣਾ, ਮੈਨੂੰ ਵੇਚ ਦੇ। ਕਹਿੰਦੀ ਕੀ ਰੇਟ ਲਏਗਾ? ਮੈਂ 25 ਰੁਪਏ ਲੋਹਾ ਚੱਲੀ ਜਾਂਦਾ। ਤੇ ਕਹਿੰਦੇ 25 ਰੁਪਏ ਤੋਂ ਸਾਰੇ ਲੈਣੇ, 28 ਰੁਪਏ ਨਾ। ਮੈਂ 26 ਰੁਪਏ ਚ ਡੋਲਾ ਮੁਕਾਇਆ, ਉਹ ਮੁਕਾਤਾ ਲੋਹਾ। ਮੈਂ ਜਾ ਕੇ ਦੇਖੇ ਢੋਲ ਜੇ, ਮੈਂ ਟੀਨ ਆ ਮਰਿਆ ਫੈਕਟਰ ਜਾਣ ਕੇ। ਮੈਂ ਟੀਨ ਆ, ਇਹ 10 ਰੁਪਏ ਕਿਲੋ ਵਿਕਦਾ, ਇਹ ਨੀ ਇਹ ਲੋਹੇ ਚ ਵਿਕਦਾ। ਕਹਿੰਦੀ ਇਤਿਹਾਸ ਥੱਲੇ ਪੱਤੀਆਂ ਲੱਗੀਆਂ ਹੋਈਆਂ ਇਹ। ਮੈਂ ਕਿਹਾ ਜੀ 10 ਕਿਲੋ ਹੋ ਗਿਆ ਨਾ ਤੈਨੂੰ, 25 ਰੁਪਏ ਕਿਲੋ ਤੇਰੇ ਲੋਹਾ ਹੋਜੂ, 9 ਕਿਲੋ ਤਾਂ ਟੀਨ ਹੋਜੂਗਾ। ਤੇ ਮੈਂ ਘੱਟੋ ਘੱਟ ਸਾਰਾ ਉਹ ਸੌਦਾ ਕਰਿਆ ਤੇ ਨਾ ਕੂਲਰ, ਘੱਟੋ ਘੱਟ 5,000 ਰੁਪਏ ਦਿਹਾੜੀ ਬਚਣੀ ਆ ਇੰਨਾ ਕਵਾੜ ਖਰੀਦ ਕੇ। ਅੱਛਾ, ਹਰਕਤਾਂ ਤੋਂ ਬਾਅਦ ਆਇਆ ਹੀ ਨੀ ਫਿਰ ਹੈ? ਉਹ ਮੈਂਟਲੇ 10 ਮਿੰਟਾਂ ਚ ਬੜਾ, 1/2 ਘੰਟਾ ਲੱਗੂ ਮੈਨੂੰ। ਘੰਟੇ ਚ 5,000 ਰੁਪਇਆ ਦਿਹਾੜੀ ਬਣਦੀ ਆ ਤੇ ਇੰਨਾ ਤਕੜਾ ਕੰਮ ਹੈ, ਹੈ ਤੂੰ 5,000 ਕੌਣ ਦੇਣਾ ਘੰਟੇ ਦਾ? ਤਾਂ ਜਿਹੜਾ ਪਸੀਨਾ ਜਾਂ ਪੂੰਝੇਗਾ ਉਹ। ਉਹ ਕੋਈ ਗੱਲ ਨੀ, ਮੈਂ ਨਹਾ ਲੂੰਗਾ, ਲੱਖ ਸਾਬਣ ਲਿਆਉਂ 50 ਰੁਪਇਆ ਦੀ, 20,000 ਰੁਪਏ ਲੈ ਕੇ ਦੇ। ਮੈਂ ਉਹ ਤੂੰ ਕੰਮ ਚ ਨੰਨਾ ਨਾ ਪਾਇਆ ਕਰ ਮੇਰੇ। ਹਾਂ ਭਾਵੇਂ 10 ਮਿੰਟਾਂ ਚ ਭਾਵੇਂ 5,000 ਰੁਪਇਆ ਬਣਦਾ, ਇਹਨੂੰ ਕੀ ਪਤਾ? ਘੱਟੋ ਘੱਟ ਕੁਇੰਟਲ ਤੇ ਹੋਊਗੀ, 1500 ਉਧਰੋਂ ਬਚੂਗਾ, ਹੈਂ। ਤੇ ਘੱਟੋ ਕੂਲਰ ਘੱਟੋ ਘੱਟ 3500-3800 ਦੇ, ਉਹ ਘੱਟੋ ਘੱਟ 6-7 ਹਜ਼ਾਰ ਦੇ ਵਿਕਣਗੇ, ਚੱਲਦੇ ਹੈਗੇ ਨੇ। ਆਪਾਂ ਅਖਬਾਰ 'ਚ ਥੋੜ੍ਹੀ ਵੇਚਾਂਗੇ ਉਹਨਾਂ ਨੂੰ, ਹੈਂ। ਮਰੀ ਜਾਂਦੀ ਆਪਦੀ, ਬੰਦਾ ਜੇ ਕੰਮ ਕਰੇ ਤਾਂ ਮਰਦਾ ਜੀ, ਨਾ ਕਰੇ ਤਾਂ ਮਰਦਾ। ਤੀਵੀਂ ਭੈਣ ਇਹੋ ਜਿਹੀ ਹੋਣੀ ਨਹੀਂ ਚਾਹੀਦੀ। ਕਿੱਧਰ ਨੰਗ ਮੱਥੇ ਲੱਗ ਗਏ ਮੇਰੇ ਭੈਣ ਦੇ, ਸਹੁਰੇ ਵੀ ਨੰਗ ਤੇ ਘਰ ਵਾਲੀ ਵੀ ਨੰਗ, ਬੱਲੇ ਮੱਥੇ ਵਾਲੀ। ਆ ਲੈ ਪੈਸੇ ਲਿਆ ਲਿਆ। ਹਾਂ ਤੇ ਨਾ ਇੱਕ ਵਾਰ ਨਾ ਘਰੇ ਨਹੀਂ ਆਉਣਾ ਚਾਹੀਦਾ, ਆਪਦਾ ਜਿੱਥੇ ਮਰਜ਼ੀ ਰੱਖ। ਕਿਉਂ? ਮੈਂ ਘਰੇ ਲਿਆਉਂਗਾ ਉਹਨੂੰ, ਸੈੱਟ ਕਰੂੰਗਾ ਫਿਰ। ਨਾ ਨਾ ਵੀ ਮੈਂ ਘਰੇ ਨਹੀਂ ਪੜਨ ਦਿੰਦੀ। ਤੇ ਨਾਲੇ ਰਹੀ ਗੱਲ ਆ ਚਿੱਟੇ ਕੱਪੜਿਆਂ ਦੀ, ਜੇ ਤੇ ਮਾੜਾ ਜਿਹਾ ਵੀ ਦਾਗ ਲੱਗ ਗਿਆ ਨਾ ਕਿਸੇ ਪਾਸੋਂ, ਮੈਂ ਧੋਣੇ ਨਹੀਂ। ਉਹ ਕੋਈ ਗੱਲ ਨਹੀਂ, ਦੂਜੇ ਪਾਣੂ ਕੱਲ ਨੂੰ ਮੈਂ ਕੱਪੜੇ ਆ ਸਿੱਧੇ, ਮੈਂ ਤਾਂ ਫਿਰ ਉਹਦੇ 'ਚ ਡੇਗੂੰਗੀ। ਉਹ ਕੋਈ ਗੱਲ ਨਹੀਂ ਜੀ, 4,000 ਰੁਪਇਆ ਮੈਨੂੰ ਬਚ ਗਿਆ, 500 ਦਾ ਸੂਟ ਸਿੱਟ ਦੂੰਗਾ, 500 ਦਾ ਨਵਾਂ ਹੀ ਲਿਆਉਂ ਮੈਂ। ਪਰ ਮੈਨੂੰ ਵੀ ਪੇਕੀ ਭੇਜ ਦੇ, ਹੋਰ ਲਿਆਈ ਕਬਾੜ 'ਚ ਕੀ ਪਤਾ ਕੋਈ ਤੋੜ ਦੇ। ਉਹ ਯਾਰ ਪੁੱਠੇ ਦਿਮਾਗ ਜੀ, ਮੈਨੂੰ ਕੰਮ ਕਰ ਲੈਂਦੇ, 4 ਰੁਪਏ ਬਚ ਲੈਂਦੇ। ਜੇ 4 ਰੁਪਏ ਬਚਣਗੇ ਨਾ ਜਵਾਕਾਂ ਵਾਸਤੇ ਐਸ਼ ਕਰਿਆ ਕਰਨਗੇ, ਐਸ਼ ਕਰਨਗੇ। ਚੱਲ ਕੋਈ ਗੱਲ ਨੀ, ਮੈਂ ਪੇਕੇ ਵਗ ਜਾਂਦੇ, ਤੈਨੂੰ ਤਾਂ ਕੋਈ ਫਰਕ ਨੀ ਪੈਂਦਾ ਹੈਗਾ, ਤੇਰੇ ਨਾਲ ਕੀ ਮੱਥਾ ਮਾਰਦਾ। ਮੈਂ ਕਬਾੜ ਦਾ ਕੰਮ ਕਰੂੰਗਾ ਹੀ, ਇਹਨੂੰ ਨੀ ਕੋਈ ਫਰਕ ਪੈਂਦਾ, ਮੈਂ ਪੇਕੇ ਵਗ ਜਾਂਦੀ ਹਾਂ। ਪਿੰਡ ਉੱਥੋਂ ਮੈਂ ਸ਼ਹਿਰ ਜਾਊਂਗਾ, ਕੰਡਾ ਲਿਆਉਂ, ਮੈਨੂੰ ਟਾਈਮ ਲੱਗੂਗਾ। ਐਂ ਕਰਨਾ ਪੈਸੇ ਦੇ ਜਾਂਦਾ ਕਿਸੇ ਨੂੰ, ਹੋਰ ਨੂੰ ਕਬਾੜ ਵਿੱਚ। ਹਾਂ ਲੈ ਆਹੀ ਗੱਲ ਸੁਣ ਲੈ, ਆ ਮੈਂ ਜਾਂਦਾ ਕੰਡਾ ਲੈਣ, ਠੀਕ ਆ? ਤੂੰ ਪੈਸੇ ਫੜ ਲੈ 5,000 ਰੁਪਇਆ, ਠੀਕ ਆ? ਚੱਲ ਠੀਕ ਹੈ, ਪੂਰੇ ਹੈ 5,000 ਪੂਰਾ ਗਿਣ ਕੇ ਰੱਖ ਲਈ ਆਪਦਾ, ਤੇ ਮੈਂ ਕੰਡਾ ਲੈ ਕੇ ਆਉਣਾ, ਫਿਰ ਸਮਾਨ ਲੈ ਜਾ ਕੇ ਜਾਗਾ, ਫਿਰ ਦੂਜੇ ਵਾਧੇ ਘੱਟ ਮੈਂ ਬਾਅਦ ਚ ਦੂੰ, ਪਰ ਹੁਣ ਵੇਚੀ ਨਾ ਕਿਸੇ ਨੂੰ, ਚੰਗਾ? ਨਾ ਨਾ ਠੀਕ, ਮੈਂ ਜਾਣਾ। ਚੱਲ ਆ ਤਾਂ ਵਧੀਆ ਹੋਇਆ, 5,000 ਦੀ ਗੁੱਟੀ ਮਿਲ ਗਈ, ਸਾਂਭ ਕੇ ਰੱਖੋ। ਚੱਲ ਮਨਾ ਸਾਂਭਦੇ। ਵੇਖ ਅਮਨ, ਬਾਬੇ ਨੇ ਤਾਂ ਹੁਣ ਹੱਥ ਖੜੇ ਕਰਤੇ, ਹਨਾ? ਬਾਬਾ ਕਹਿੰਦਾ ਵੀ ਉਹ ਤਾਂ ਢੀਠ ਬੰਦਾ, ਉਹਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ। ਹੁਣ ਤਾਂ ਬਸ ਜਿਹੜੀ ਤੈਨੂੰ ਤਰਕੀਬ ਦੱਸੀ ਆ ਬਾਬੇ ਨੇ,
ਅਮਨ ਤੈਨੂੰ ਹੁਣ ਉਹੀ ਅਪਣਾਉਣੀ ਪਊ। ਉਹੀ ਆ ਜਿਹੜੀ ਭੂਤ ਪ੍ਰੇਤਾਂ ਵਾਲੀ? ਆਹੋ ਨੀ, ਨਾ ਨੀ ਲਈਦਾ ਹੁੰਦਾ। ਚੱਲ ਠੀਕ, ਕੋਈ ਸੁਣ ਲੂਗਾ, ਕੰਧਾਂ ਦੇ ਵੀ ਕੰਨ ਹੁੰਦੇ ਆ। ਹਾਂ ਮੈਂ ਤਾਂ ਉਹੀ ਬੋਲਦੀ। ਚੱਲ ਬਸ, ਮੈਂ ਤਾਂ ਦੱਸਤਾ ਉਹੀ ਅਪਣਾਈ ਹੁਣ ਸਕੀਮ। ਹਾਂ ਹਾਂ, ਉਹੀ ਬਣਾਉਂਗੀ ਮੈਂ ਸਕੀਮ। ਮੈਂ ਕਦੋਂ ਦੀ ਗਈ ਆ ਦਵਾਈ ਲੈਣ, ਅਜੇ ਤੱਕ ਨਹੀਂ ਆਈ। ਮਸਾਂ ਕੰਮ ਚਲਾਇਆ ਮੈਂ ਆਪਦਾ, ਤੇ ਮੈਂ ਕੰਮ ਤੇ ਜਾਣਾ ਸੀ। ਹੈਂ ਆਈ ਹੋਈ ਲਾ ਆ ਗਈਆਂ। ਲਈ ਦਵਾਈ? ਬੇ ਲੈ ਆਈ ਆ ਭਾਈ ਚੰਨੀ ਦਵਾਈ ਤਾਂ। ਕਿਹੜੀ ਦਵਾਈ ਬਸ ਪੁੱਛਣਾ ਪੁੱਛਣਾ। ਹਾਂ ਚੱਲ, ਨਹੀਂ ਪੁੱਛਦਾ ਫਿਰ ਬੇ, ਇਹਨੂੰ ਦਵਾਈਆਂ ਦਵੂਈਆਂ ਨਾਲ ਨਹੀਂ ਫਰਕ ਪੈਂਦਾ। ਡਾਕਟਰ ਨੇ ਤਾਂ ਜਵਾਬ ਦੇਤਾ, ਕਹਿੰਦਾ ਲਿਜਾਣੀ ਆ ਭਾਈ ਦਵਾਈ ਲੈ ਜਾਓ, ਤੇ ਇਹਦਾ ਨਹੀਂ ਕਹਿੰਦਾ ਹੱਲ ਹੈਗਾ ਕੋਈ। ਉਹ ਕੋਈ ਗੱਲ ਨਹੀਂ, ਕਿਉਂ ਫਿਕਰ ਕਰਦੇ ਭਾਬੀ, ਆਪਾਂ ਚੰਡੀਗੜ੍ਹ ਚੱਲਾਂਗੇ ਪੀ ਜੀ ਆਈ, ਉੱਥੇ ਦਾਖਲ ਕਰਾ ਦਾਂਗੇ। ਲੈ ਇਹ ਹੋ ਹੀ ਨਹੀਂ ਸਕਦਾ ਹੱਲ ਨਾ ਹੋਵੇ, ਉੱਥੇ ਤਾਂ ਵੱਡੇ ਵੱਡੇ ਪਸ਼ੂਆਂ ਦਾ ਜਾਨਵਰਾਂ ਦਾ ਸਾਰਿਆਂ ਦਾ ਹੱਲ ਕਰ ਦਿੰਦੇ, ਇਹ ਤਾਂ ਫਿਰ ਆਇਆ ਬੰਦਾ। ਹੈਂ ਬੇ ਬੌਲੇ ਬੰਦਿਆ, ਤੈਨੂੰ ਵਿਚਲੀ ਗੱਲ ਨਹੀਂ ਪਤਾ, ਇਹਦਾ ਇਲਾਜ ਉੱਥੇ ਵੀ ਨਹੀਂ ਹੋਣਾ ਚੰਡੀਗੜ੍ਹ। ਕਿਉਂ? ਬੇ ਬੇ ਸਾਨੂੰ ਤਾਂ ਆਉਂਦੀਆਂ ਨੂੰ ਕੋਈ ਮਿਲਿਆ ਸੀਗਾ ਸਾਧੂ ਸੰਤ। ਸਾਧੂ ਸੰਤ? ਹਾਂ, ਉਹਨੇ ਦੱਸਿਆ ਵੀ ਇਹਨੂੰ ਦਵਾਈ ਦਵੂਈ ਦੀ ਲੋੜ ਨਹੀਂ, ਇਹਨੂੰ ਤਾਂ ਉੱਪਰੀ ਹਵਾ ਹੈ, ਉੱਪਰੀ ਸ਼ਹਿ, ਉਹਦਾ ਪਰਛਾਵਾਂ ਹੈ। ਪਰਛਾਵਾਂ? ਹਾਂ। ਇਹ ਕਿਹੜੀ ਚੀਜ਼ ਆ ਗਈ? ਪਰਛਾਵਾਂ ਹੈ ਉਹਦਾ। ਮੈਨੂੰ ਸਹੀ ਸਹੀ ਦੱਸ, ਕਿਹਦਾ ਪਰਛਾਵਾਂ ਯਾਰ? ਮੈਨੂੰ ਉਲਝਾਈ ਨਹੀਂ ਹੈ ਭਾਬੀ, ਸੱਜੀ ਦਾ ਗੱਲ ਦੱਸ, ਕੀ ਹੋਇਆ ਇਹਨੂੰ? ਬੇ ਉਹ ਚੰਗੀ ਭਲੀ ਦੇ ਗਈ ਸੀ ਇਹਨੂੰ। ਬੇ ਚੰਗੀ ਭਲੀ ਕਿੱਥੇ ਹੈ, ਤੈਨੂੰ ਈ ਲੱਗਦਾ ਚੰਗੀ ਭਲੀ ਨਹੀਂ ਹੈਗੀ ਇਹ। ਚੰਗੀ ਭਲੀ ਨਹੀਂ? ਹਾਂ, ਉਹ ਕਹਿੰਦਾ ਵੀ ਇਹਦੇ ਵਿੱਚੋਂ ਨਹੀਂ ਨਿਕਲਦੀ, ਇਹਦੀ ਕੋਈ ਸਹੇਲੀ ਸੁਹਲੀ ਹੈ, ਉਹਦਾ ਪਰਛਾਵਾਂ ਪੈ ਰਿਹਾ ਤੇ। ਹਾਂ, ਇਹਦੀ ਸਹੇਲੀ ਇਹਦੇ ਕੋਲ ਕੀ ਲੈਣਾ? ਕੀ ਲੈ ਬੇ, ਸਹੇਲੀਆਂ 'ਚ ਸਹੇਲੀਆਂ ਆ ਜਾਂਦੀਆਂ, ਆਤਮਾ ਆ ਜਾਂਦੀ ਹੁੰਦੀ ਆ ਚੰਨੀ। ਹਾਂ, ਮੈਂ ਤਾਂ ਬਾਬੇ ਨੂੰ ਐਂ ਵੀ ਕਿਹਾ ਸੀ, ਮਾਂ ਬਾਪਾ ਇਹਦਾ ਇਲਾਜ ਦੱਸ ਦੇ ਫਿਰ ਵੀ ਕੀ ਹੋਊਗਾ। ਫਿਰ ਕੀ ਇਹਦਾ? ਵੀ ਚੱਲ ਕੋਈ ਚੌਲ ਚੂਲ ਲੈਂਦੀ ਹੋਈ ਆਪਾਂ ਕੜਾਈ ਕੁੜਾਈ ਕਰਾ ਕੇ ਪਿੱਛੋਂ ਲਾ ਦੇਣਾ। ਬਾਬਾ ਕਹਿੰਦਾ ਇਹਦਾ ਕੋਈ ਇਲਾਜ ਨਹੀਂ ਭਾਈ, ਕੋਈ ਇਲਾਜ ਨਾ ਨਾ, ਦੁਨੀਆਂ ਦਾ ਕੋਈ ਬੰਦਾ ਕਹਿੰਦਾ ਇਹਦਾ ਇਲਾਜ ਨਹੀਂ ਕਰ ਸਕਦਾ। ਉਹ ਇਹੋ ਜਿਹੀ ਚੀਜ਼ਾਂ ਤੋਂ ਮੈਨੂੰ ਡਰ ਵੀ ਬੜਾ ਲੱਗਦਾ, ਤਾਂ ਹੀ ਤਾਂ ਮੈਂ ਕਿਸੇ ਦੇ ਬਾਬੇ ਦੇ ਮੱਥਾ ਟੇਕਣ ਨਹੀਂ ਜਾਂਦਾ। ਉਹ ਤਾਂ ਖੇਲਦੇ ਖੂਲਦੇ ਵਾਲੇ ਆ ਹੁਣ, ਉਹ ਇਹਦੇ ਦੋ ਹੋ ਗਈਆਂ, ਇਕੱਲੀ ਨਹੀਂ ਮਾਨਸੀ। ਅਮਨ ਚੰਨੀ, ਮੈਂ ਕੋਈ ਅਮਨ ਉਮਨ ਨਹੀਂ, ਚੰਨੀ ਤੂੰ ਨਹੀਂ ਹੈ? ਉਹ ਚੰਨੀ ਤੇ ਮੈਂ ਹੀ ਆ। ਹਾਏ ਬੇ ਚੰਨੀ ਆ ਗਈ, ਮੈਨੂੰ ਤਾਂ ਲੱਗਦਾ ਉਹ ਇਹ ਚ। ਹਾਏ ਮੈਨੂੰ ਨਾ ਕੋਈ ਅਮਨ ਉਮਨ ਨਾ ਕਿਹਾ ਕਰ। ਹੋਰ ਕੀ ਕਿਹਾ ਕਰਾਂ? ਉਹਦੀ ਸਹੇਲੀ ਹੈ। ਕਿਹੜੀ ਸਹੇਲੀ ਆ ਗਈ? ਜਿਹੜੀ ਸਹੇਲੀ ਤੈਨੂੰ ਚਾਹੀਦੀ ਸੀ ਮੈਨੂੰ। ਤੂੰ ਪਰ ਗੱਲ ਹੀ ਨਹੀਂ ਮੰਨਦਾ। ਹਾਏ ਹਾਏ ਬੇ ਚੰਨੀ, ਬੇ ਚੰਨੀ, ਬੇ ਬਾਬਾ ਕਹਿੰਦਾ ਸੀ ਇਹ ਤਾਂ ਉੱਥੇ ਵੀ ਆਏ ਗੰਜੀ ਕਹਿੰਦੀ, ਮੈਂ ਤਾਂ ਕਿਹਦੇ ਘਰ ਵਾਲੇ ਨੂੰ ਖਾਊਂਗੀ? ਚੁੱਪ ਕਰ ਜਾ, ਕਹਿੰਦੀ ਇਹਦੇ ਘਰ ਵਾਲੇ ਨੂੰ ਖਾਊਂਗੀ ਮੈਂ ਤਾਂ। ਨਾ ਭਾਈ, ਨਾ ਮੈਂ ਇਹੋ ਜੀ ਭੂਤਨੀ ਭਲਾਉਂ, ਤੇਰੀ ਯਾਦ ਰੱਖੇਗੀ ਸੱਤ ਪੁੱਤਾਂ ਰੱਖ ਤੂੰ। ਭਾਬੀ ਇਹਨੂੰ ਪੁੱਛ ਲਾ ਕਿਹੜੀ ਚੀਜ਼ ਦੀ ਲੋੜ ਹੈ, ਬਾਗ ਜੇ ਮੈਂ ਦੇ ਦੂੰਗਾ ਸੂਟ। ਤੂੰ ਬਹੁਤ ਚੀਜ਼ਾਂ ਨੂੰ ਤਰਸਾਇਆ, ਹੁਣ ਤੂੰ ਮੇਰੇ ਹੱਥੋਂ ਬਚਦਾ ਨਹੀਂ। ਸੌਣ ਲੱਗੇ ਚੰਨੀ, ਅੱਜ ਮੈਂ ਤੇਰਾ ਗੱਲ ਉਹ ਨਾ ਬਸ ਸਹੇਲੀ ਬਣ ਕੇ ਆਇਆ ਕਰਾਂ। ਸੌਣ ਲੱਗੇ ਮੈਂ ਕਿਹੜੀ ਮਰਜ਼ੀ ਚੀਜ਼ਾਂ ਭੈਣੇ, ਦੱਸ ਭੈਣੇ,
ਬਸ ਬਸ ਤਾਂ ਵਗ ਗਿਆ, ਬਣ ਗਈ ਗੱਲ ਹੁਣ ਤਾਂ ਬਣ ਗਈ, ਬਸ ਠੀਕ ਲੱਗਿਆ ਮਾਂ ਤਰਕੀਬ ਕੰਮ ਕਰ ਗਈ। ਬਸ ਜਦੋਂ ਨਾ ਹੁਣ ਤੇਰਾ ਕੁਛ ਖਾਣ ਪੀਣ ਨੂੰ ਜੀ ਕਰਿਆ ਕਰੂ, ਸਹੇਲੀ ਵਾਲਾ ਨਾਟਕ ਸ਼ੁਰੂ, ਬਸ ਆ ਗਈ ਆਤਮਾ, ਆ ਗਈ ਆਤਮਾ, ਬਸ ਆਹ ਵਧੀਆ ਸਕੀਮ ਦਿੱਤੀ ਹੈ। ਸਹੀ ਗੱਲ ਹੈ ਬਾਬੇ ਨੇ, ਹਨਾ ਮੇਰ ਚ ਕਿਹੜਾ ਕੋਈ ਭੂਤ ਆਉਂਦਾ, ਉਹ ਤਾਂ ਹੁਣ ਪਤਾ ਹੀ ਜਾਂ ਤੈਨੂੰ ਪਤਾ ਜਾਂ ਮੈਨੂੰ ਪਤਾ, ਹੁਣ ਤਾਂ ਪਤੀ ਨੂੰ ਤੈਨੂੰ ਪਤਾ ਮੈਨੂੰ ਪਤਾ, ਤੀਜੇ ਨੂੰ ਨਹੀਂ ਦੱਸਣਾ। ਹਾਂ ਸਹੀ ਗੱਲ ਹੈ। ਮੇਰੇ 10 ਰੁਪਈਏ ਡਿੱਗਿਆ ਯਾਰ ਇੱਥੇ, 10 ਰੁਪਈਏ 10 ਰੁਪਈਏ 10 ਰੁਪਈਏ, ਇੱਧਰ ਜੇ ਤਾਂ ਨਾ ਆ ਕੇ ਕਿਤੇ ਢੱਲ ਆ ਜਾ ਹੋਵੇ। ਕਿਉਂ ਹੁਣ ਅੰਬੋ ਠੀਕ ਹੈ, ਮੈਂ ਤੈਨੂੰ ਅੰਬੋ ਦੇਣੀ ਆ, ਮੈਂ ਜਦੋਂ ਮੇਰਾ ਪਾਪਾ ਅੰਬੋ ਕਹਿੰਦਾ ਤੈਨੂੰ ਕੋਈ, ਫਿਰ ਮੈਂ ਕਿਹਾ ਭਾਂਬੂ ਕਹੂੰਗਾ। ਚੰਗਾ ਤਾਂ ਬਾਲੀਆਂ ਪੁਰਾਣੀਆਂ ਸਕੀਰੀਆਂ ਉਹ ਕਰਦਾ, ਕੀ ਗਵਾਚ ਗਾ ਤੇਰਾ ਇੱਥੇ ਫਿਰਦਾ ਇੱਧਰ ਉੱਧਰ ਝਾਕਦਾ। ਉਹ ਮੇਰਾ 10 ਦਾ ਢਾਲਾ ਡਿੱਗ ਗਿਆ ਸੀ ਉਰੇ, ਤੇ ਇੱਕ ਉਹ ਮੇਰਾ ਨਾ ਬਟੂਆ ਘਰੇ ਰਹਿ ਗਿਆ, ਤੇ ਮੈਂ ਮੋਦੀ ਵਾਲੇ ਪੈਸੇ ਕਢਵਾ ਕੇ ਲਿਆ ਸੀ 2000 ਰੁਪਇਆ। ਅੱਛਾ ਤੇ ਉਹ ਜਾਦੇ ਦੀ ਪੁੜੀ ਦੇ ਲਿਖ ਲਾ ਮੈਂ ਦੇ ਜੂ ਹੱਥ ਨਹੀਂ। ਤਾਂ ਮੇਰੀ ਗੱਲ ਸੁਣ, ਇੱਧਰ ਮੂੰਹ ਕਰ। ਹਾਂ ਕਾਇ ਪਹਿਲਾਂ ਗਿਆ, ਕਿੰਨਾ ਕਾਇ ਪੁੜੀਆਂ ਵਗ ਗਈਆਂ ਤੇਰੇ ਬੰਨੀ, ਤੇ ਰੋਜ਼ ਦਾ ਅਰਜੀ ਕਰ ਜਾਂਦਾ ਤੂੰ, ਕਹਿੰਦਾ ਮੇਰੇ ਉੱਥੇ ਪੈਸੇ ਭੁੱਲ ਆਏ ਆ, ਮੇਰਾ ਉੱਥੇ ਡਿੱਗ ਪਏ, ਆਹ ਕੰਮ ਨਹੀਂ ਚੱਲਦਾ ਹੈਗਾ ਨਾਲੇ। 10 ਪੁੜੀਆਂ ਗਈਆਂ ਅੰਬੋ, ਥੋੜੀਆਂ ਨੇ, ਉਹ ਫਿਰ ਦੇ ਜਾਂਗੇ ਪਿੰਡ ਛੱਡ ਕੇ ਜਾਂਦੇ ਆ। ਨਾ ਨਾ ਇਹ ਗੱਲ ਨਹੀਂ ਚੱਲਦੀ ਹੁਣ, ਤੇਰੇ ਤਾਂ ਰੋਜ਼ ਦਾ ਹੀ ਇਹ ਪੰਗਾ ਹੈਗਾ। ਉਹ ਦੇ ਦੇ ਫਿਰ ਮੈਂ ਚੱਕ ਵੀ ਆ, ਫਿਰ ਮੈਂ ਪੈਸਿਆਂ ਦੀ ਵੀ ਲੈ ਜੂੰਗਾ। ਹਾਂ ਪੈਸਿਆਂ ਦੀ ਲੈ ਜੀ, ਜੀ ਸੱਦ ਕੇ ਲੈ ਜੀ। ਉਹ ਮੈਂ ਹੱਥ ਨੇ ਦੁੱਧ ਪਾਉਣਾ ਆਉਣਾ ਹੁੰਦਾ, 10 ਕਿਲੋ ਦੁੱਧ ਪਾਉਣਾ ਬੱਕਰੀਆਂ ਦਾ ਮੈਂ, ਹਿਸਾਬ ਕਰਾ ਕੇ ਹੱਥ ਨੇ ਆਹ ਸਾਰੀ ਦੁਕਾਨ ਲੈ ਲੂ ਮੈਂ ਮੁੱਲ ਫਿਰ। ਚੰਗਾ ਚੰਗਾ ਤੇਰੇ ਪਿਓ ਤੋਂ ਕਹਾ ਦੇ ਜਾ, ਤੇਰੀ ਮਾਂ ਤੋਂ, ਜਿਹੜੀ ਚੀਜ਼ ਮਰਜ਼ੀ ਲੈ ਜੀ, 10-1 ਰੁਪਈਆ ਨੀ ਹੁਣ ਹੋਇਆ ਜਾਂਦਾ, ਸਮਝ ਗਿਆ ਨਾ? ਮੈਨੂੰ ਆਪਦਾ ਮੁੰਡਾ ਨੀ ਮੰਨਦੇ, ਤੈਨੂੰ ਕਿੱਥੇ ਖਾ ਦੇਣਗੇ। ਮੈਂ ਲਿਆਵਾਂ ਸੱਦ ਕੇ ਮੇਰੇ ਪਾਪੀ ਨੂੰ, ਫਿਰ ਲੈ ਲਿਆ ਲਿਆ ਫਿਰ ਉਹਨੂੰ ਤਾਂ ਮੈਂ ਖੇਰਾ 1 ਪੁੜੀ ਤਾਂ ਦੇ ਮੈਂ ਜਾਵਾਂ। ਹੈ ਨੀ ਪੁੜੀ ਪੜੀ, ਜਾ ਤੁਰ ਜਾ। ਇੱਕ ਉਹ ਆ ਕੀ, ਅੱਜ ਬੁੱਧਵਾਰ ਆ, ਹਾਂ ਫੇਰ 7 ਮੁੰਡਾ ਆਊਗਾ। ਅੱਛਾ ਤੂੰ ਲਾ, ਪੁੜੀ ਦੇ। ਨਾ ਨਾ ਹੈ ਨੀ, ਮੁੱਕੀਆ ਪਈਆਂ ਨਾਲੇ ਆਹ ਚੀਜ਼ਾਂ ਅਸੀਂ ਬੰਦ ਕਰਤੀਆਂ ਹੁਣ, ਸਮਝ ਗਿਆ ਨਾ? ਚਾਹ ਚੂ ਲੈਂਦਾ ਜੀ, ਚਾਹ ਦੀ ਕੁੱਟ ਪੀਣੀ ਹੈ। ਹਾਂ ਤਾਇਆ ਹੈਗਾ ਘਰੇ? ਨਾ ਨਾ ਹੈ ਨੀ, ਉਹ ਤਾਂ ਬਾਹਰ ਗਿਆ ਹੋਇਆ ਹੈ, ਤਾਇਆ ਭਾਲਦਾ ਘਰੇ। ਉਹ ਤਾਈ, ਹਾਂ ਉਹ ਐ ਕਰੇ ਘਰ ਠੰਡੇ ਦੀ ਬੋਤਲ ਦੇ ਦੇ ਕੋਈ ਛੋਟੀ ਜੀ। ਤੇ ਕੌਣ ਆਇਆ ਹੋਏ, ਕੌਣ ਆਇਆ ਜੀ? ਨਹੀਂ ਕਿਵੇਂ ਆਉਣਾ, ਕਿਨੇ ਆ ਯਾਰ? ਕੁਛ ਨਾ, ਮੇਰੇ ਘਰ ਵਾਲੀ ਜਿਹਨੇ ਲਹੂ ਪੀ ਰੱਖਿਆ ਯਾਰ, ਉਹ ਚ ਉੱਪਰਲੀ ਚੀਜ਼ ਆਈ ਪੀ ਆ। ਹੈ ਕੀ ਆਇਆ ਪਿਆ? ਕੁਛ ਨੀ ਕੁਛ ਨੀ, ਆ ਲੈ ਜਾ ਫੜਾ। ਨਾ ਮੈਂ ਤਾਂ ਪੀਂਦਾ ਨਹੀਂ ਠੰਡਾ, ਤਾਂ
ਉਹ ਤੈਨੂੰ ਪਿਉਂਦਾ ਕੌਣ ਆ ਯਾਰ? ਐਵੇਂ ਮਾਰੀ ਜਾਂਦਾ ਗਾ। ਕਿੰਨੇ ਰੁਪਏ ਹੋ ਗਏ? ਇਹਦੇ ਹੋ ਗਏ ਸਾਰੇ 20 ਰੁਪਏ ਹੋਏ ਨੇ। 30 ਦੇ ਦੇ ਯਾਰ, 30 ਕਹਾਂ ਤਾਂ ਲੰਮੇ ਆ। ਉਹ ਠੰਡੇ ਤੇ 30 ਹੋ ਗਏ, ਇੱਕ ਮੇਰੀ ਪੂੜੀ ਦੇ ਦੀ ਅੰਬੋ। 30 ਦੇ ਦੇ ਆ, ਦਵਾ ਦੇ ਇਹਨੂੰ ਪੂੜੀ ਦੇਖ ਲੈ। ਓਏ ਸੁਣੀ ਓਏ ਯਾਰ, ਇਹ ਗੱਲ ਸੁਣ ਯਾਰ, ਮੇਰਾ ਅੱਗੇ ਤੇ ਪਾਇਆ ਪਿਆ ਮੇਰੇ ਘਰ ਵਾਲੇ। ਉਹ ਦੱਸਾਂ ਇਹ ਦੱਸਣ ਵਾਲੀ ਚੀਜ਼ ਤਾਂ ਹੁੰਦੀ ਨਹੀਂ। ਮੇਰੇ ਘਰ ਵਾਲੀ ਚ ਮਾਤਾ ਆਉਣ ਲੱਗ ਗਈ, ਸੌਣ ਲੱਗੇ, ਕਹਿੰਦੀ ਉੱਪਰਲੀ ਚੀਜ਼ ਆ, ਹੁਣ ਉਹੀ ਚੀਜ਼ ਮੰਗਾਈ ਜਾਂਦੀ ਆ। ਮੇਰੇ ਤਾਂ ਬਾਂਹ ਮਰੋੜ ਲਈ ਬਾਈ, ਬਾਲੀ ਸ਼ਕਤੀ ਆ ਗਈ ਇਹ ਚ ਸੱਚੀ। ਸੌਣ ਲੱਗੇ ਫਿਰ ਤਾਂ ਜਿਹੜੀ ਚੀਜ਼ ਮੰਗਦੀ ਹੁੰਦੀ ਆ ਨਾ, ਚੁੱਪ ਕਰਕੇ ਹੱਥ ਬੰਨ ਕੇ ਫੜਾ ਲਿਆਗਾ ਬਾਈ, ਹੋਰ ਕੁੱਟ ਦੂ ਤੈਨੂੰ। ਫਿਰ ਤਾਂ ਸ਼ਕਤੀ ਆਈ, ਫਿਰ ਤਾਂ ਵਾਟਰ ਬਾਕਸ ਵੀ ਨਵਾਂ ਬਣਵਾ ਦੂ ਆਪਣਾ। ਹਾਂ ਓਏ ਓਏ ਯਾਰ, ਮੈਨੂੰ ਨਹੀਂ ਪਤਾ ਯਾਰ ਇਹ ਕੀ ਬਣਾਉ। ਮੇਰਾ ਤਾਂ ਪੂੜੀ ਤਾਂ ਦਵਾ ਦੇ ਬਾਈ ਬਣ ਕੇ। ਆ ਲੈ ਇਹਨੂੰ ਦੇ ਦੀ ਯਾਰ ਪੂੜੀ, 20 ਦੇ ਦੇ। ਆ ਦੱਸ ਦੀਆਂ ਸੈਂਟਰ ਫੁੱਟਾ ਦੇ ਦੇ ਵੱਡੇ ਪੈਸੇ ਵਾਲੇ ਬੰਦੇ। ਓ ਖੜ ਜਾ, ਚੱਲਦਾ ਮੈਂ ਆਉਣਾਗਾ ਇੱਕ ਮਿੰਟ। ਸੱਚੀ ਤੁਸੀਂ ਤਾਂ ਨਾ ਉਹ ਕਰਦੇ ਹੋਗੇ। ਚੱਲ ਠੀਕ ਆ ਠੀਕ ਆ, ਉਹ ਪੁੜੀਆਂ ਦੇ ਪੈਸੇ ਕਟਾ ਜੂ ਕਿਧਰੇ। ਓਏ ਖੜ ਜਾ। ਹਾਂ ਕਿ ਭੱਜਣ ਦੀ ਕਰਦਾ ਹਨਾ। ਉਹ ਪੁੱਛਣਾ, ਉਹ ਲੇਟ ਹੋ ਗਿਆ, ਐਂ ਨਹੀਂ ਪਤਾ ਬਾਂਹ ਫੇਰੇ ਮੇਰੇ ਬਰੋੜ ਲਏ ਮੇਰੀ, ਮਸਾਂ ਜਾਨ ਛੁਡਾ ਕੇ ਲੈ ਕੇ ਆਇਆ। ਓਏ ਪਹਿਲਾਂ ਨਾ ਐਵੇਂ ਉਹ ਕਰਨਾ ਕਿਸੇ ਚੱਕਰਾਂ 'ਚ ਪੈ ਗਿਆ। ਹਾਂ ਮੈਨੂੰ ਬੱਕਰੀ ਜੀ ਵਿੱਚ ਨਹੀਂ ਪਈ, ਮੇਰੇ ਪੈਸੇ ਖਰਾਬ ਹੋ ਗਏ। ਹੁਣ ਤਾਂ ਭਰਜਾਈ ਦੇ ਦੂ ਸੱਟਾ ਫਿਰ ਮੈਨੂੰ। ਉਹ ਮੈਨੂੰ ਨਹੀਂ ਪਤਾ ਸੱਟੇ ਸੁੱਟੇ ਦੀ ਯਾਰ, ਹੋਰ ਹੀ ਮਰੀ ਜਾਂਦਾ ਸੱਟੇ ਦੀ ਮੇਰੀ ਜਾਨ ਨੂੰ ਪਈ ਆ। ਉਹ ਤੇਰੇ ਕੋਲੇ ਮੌਕਾ ਹੁਣ ਤੂੰ ਤਾਂ, ਮੈਨੂੰ ਤਾਂ ਡਰ ਲੱਗਦਾ ਬਾਈ ਇਹੋ ਚੀਜ਼ਾਂ ਤੋਂ। ਮੈਂ ਚੱਲਾਂ ਨਾਲ। ਮੈਂ ਲੈ ਤੂੰ ਆਇਆ, ਤੇਰੀ ਬਾਹ ਮੜਵੜੂ ਆਇਆ। ਮੈਂ ਬਾਹ ਮੂੰਹ ਨਹੀਂ ਮਸਣਾਉਂਦਾ ਕਿਵੇਂ ਫਿਰ। ਤੂੰ ਆਇਆ ਆਇਆ ਤੈਨੂੰ ਪਤਾ ਲੱਗ ਜੂਗਾ। ਨਹੀਂ ਆਉਂਦਾ ਤੇਰੇ ਹੱਥ 'ਚ ਲਿਫਾਫਾ ਜਾ ਲਈ, ਇੱਕ ਹੋਰ ਆਉਂਦਾ ਨਹੀਂ ਨਾਲ ਇਹਦੇ। ਕਿਹੜਾ ਇਹ? ਮੇਰੀ ਗੱਲ ਸੁਣਾ ਵਾ, ਮੈਂ ਤਾਂ ਤੇਰੇ ਵਾਸਤੇ ਕੁਛ ਖਾਣ ਪੀਣ ਨੂੰ ਲਿਆਇਆ ਤੇ ਸਕੀਮ ਲੋਟ ਆ ਗਈ ਤੇ ਮੈਂ ਹੁਣ ਚੱਲਦੀ ਹਾਂ ਹਨਾ। ਤੂੰ ਬਹਿ ਜਾ ਦੋ ਮਿੰਟ, ਭੋਰਾ ਤੂੰ ਵੀ ਖਾ ਜੀ। ਨਹੀਂ ਨਹੀਂ ਬਸ ਕੋਈ ਨਾ, ਤੂੰ ਲੈ ਨਜ਼ਾਰੇ ਲੈ। ਤੂੰ ਦੇਖੀ ਤਾਂ ਸੀ ਵਿੱਚ ਕੀ ਗੁੱਸਾ ਲਿਫਾਫੇ ਦੇ ਹਜੇ, ਕਿਤੇ ਉਹੀ ਗੱਲ ਵਿੱਚ ਬੀਟੇ ਪਾਈ ਫਿਰਦਾ ਹੋਵੇ। ਨਹੀਂ ਨਹੀਂ ਨਹੀਂ, ਖਾਣ ਪੀਣ ਨੂੰ ਲੈ ਕੇ ਡਰਾਇਆ ਕਿਹੜਾ ਥੋੜ੍ਹਾ ਆਪਾਂ। ਚੱਲ ਗੱਲ ਸੁਣਾ ਹੁਣ ਮੇਰੀ, ਬਹੁਤ ਟਾਈਮ ਹੋ ਗਿਆ, ਮੈਂ ਜਾਂਦੀ ਹਾਂ ਘਰੇ, ਠੀਕ ਹੈ? ਚੱਲ ਠੀਕ ਹੈ, ਜਾਂਦੀ ਹਾਂ ਨਾ ਤੂੰ। ਹਾਂ ਹਾਂ ਠੀਕ ਆ ਠੀਕ, ਜਦੋਂ ਮੈਂ ਬੁਲਾਇਆ ਕਰੂੰ ਆ ਜਾ ਕਰੀ। ਕੋਈ ਨਾ ਕੋਈ ਨਾ, ਲੱਗਦਾ ਉਹ ਆ ਗਿਆ। ਠੀਕ ਆਏ ਓਏ, ਥੱਲੇ ਬਹਿ ਜਾ। ਉੱਪਰ ਕਿਹਨੇ ਕਿਹਾ? ਉਹ ਮੈਂ ਤੇਰੇ ਘਰ ਵਾਲਾ। ਕਿਹੜੇ ਘਰ ਵਾਲਾ? ਮਾਤਾ ਦਾ ਕੋਈ ਘਰ ਵਾਲਾ ਨਹੀਂ ਹੁੰਦਾ। ਮਾਤਾ ਆ ਗਈ ਹੁਣ ਤੇਰੇ ਚ ਨਾ, ਤੈਂ ਕੀ ਸਮਝੇ? ਉਹ ਮੈਂ ਸਹੇਲੀ ਸਮਝਿਆ ਸੀ। ਕਿਹੜੀ ਸਹੇਲੀ? ਜਿਹੜੀ ਤੂੰ ਉਹ ਕਹਿੰਦੀ ਸੀ ਕੀ ਨਾਮ ਇਹਦਾ, ਕਮਲ ਕਹਿੰਦੀ ਸੀ। ਕਿਹੜੀ ਕਮਲ? ਚੱਲ ਕੋਈ ਗੱਲ ਨੀ, ਆ ਲੈਂਦੇ ਤੁਹਾਡੇ ਕੁਰਕਰਾ ਲਿਆਂਦੇ ਖਾ ਲਓ। ਕੀ ਹੈ ਇਹ? ਕੁਰਕਰੇ ਹੀ ਆ ਇਹ ਚ, ਠੰਡਾ ਇਹਦੇ ਚ, ਠੰਡਾ ਹੁੰਦੇ ਜੀ ਇਹੋ ਜਿਹੇ ਕੁਰਕਰੇ ਖਾਊ ਹੈ ਮੈਂ। ਮੈਂ ਤਾਂ ਟੇਡੇ ਮੇਡੇ ਖਾਊ। ਉਹ ਤੂੰ ਸੰਦੂਰ ਸੰਧਾਰ ਲਿਆ, ਉਹ ਚੜਾਇਆ ਘਰ ਹੁੰਦੀ ਆ, ਮੈਂ ਦੇਖ ਮੈਨੂੰ ਕਿੰਨਾ ਦਿਮਾਗ ਆ। ਆ ਚੜਾਤਾ, ਆ ਕਿਹੜਾ ਲੈ ਕੇ ਆਇਆ? ਹੁਣ ਉਹ ਖਾਣੇ ਨੀ, ਮੈਂ ਕੋਈ ਚੱਜ ਦੀ ਚੀਜ਼ ਖਾਣੀ ਆ। ਇਹਨੂੰ ਵੀ ਲੈ ਜਾ ਬਦਲ ਕੇ, ਕੋਕ ਲੈ ਕੇ ਆ। ਕੋਕ ਬੱਤਾ ਪੀਣਾ? ਹਾਂ ਬੱਤਾ ਪੀਣਾ ਜੀ। ਮਾਤਾ ਗੱਲ ਸੁਣ ਲਓ, ਮੈਂ ਠੰਡਾ ਵੀ ਲਿਆ ਦੂ, ਕੋਕਾ ਕੋਲਾ ਵੀ ਲਿਆ ਦੂ, ਜਿਹੜੀ ਬ੍ਰਾਂਡ ਦੀ ਚੀਜ਼ ਕਿ ਮੈਂ ਉਹੀ ਲਿਆ ਦੂਗਾ, ਪਰ ਆ ਮੇਰੇ ਘਰ ਵਾਲੀ ਚੜ ਦੋ। ਕਿਹੜੇ ਘਰ ਵਾਲੀ? ਆ ਜਿਹੜੀ ਘਰ ਵਾਲੀ ਨਹੀਂ ਹੈਗੀ ਹੁਣ ਤੇਰੀ, ਇਹ ਹੋਰ ਕੌਣ ਆ? ਪਾਪਾ ਹੈ। ਪਾਪਾ ਕੀ ਕਹਿੰਦੇ ਬੱਚਾ ਇਹਨੂੰ? ਉਹ ਮੈਂ ਤਾਂ ਇਹ ਕਹਿਣਾ ਬਾਬਾ ਜੀ, ਸਾਡੇ ਨਾ ਪਸ਼ੂਆਂ ਵਾਲਾ ਡਿੱਗ ਪਿਆ, ਉਹ ਬੱਤਿਆਂ ਦੀ ਛੱਤ ਸੀ, ਉਹ ਬੱਤਾ ਲਿਆ ਦੇਣਾ ਮੈਂ ਇੱਕ ਚੱਕ ਕੇ, ਜੇ ਤੁਹਾਨੂੰ ਚਾਹੀਦਾ ਤਾਂ। ਉਹ ਮਜ਼ਾਕ ਕਰਦਾ ਮਾਤਾ ਨਾਲ? ਉਹ ਬਾਈ ਮੇਰੇ ਘਰ ਵਾਲੀ ਨਾਲ ਬਰਬਾਦੀ ਆ, ਤੂੰ ਵਗ ਜਾ ਬਾਈ ਯਾਰ। ਮੈਂ ਇਹਨੂੰ ਕੰਮ ਤਾਂ ਕਰਾ ਲੈਂਦੇ ਆਪਦਾ। ਤੂੰ ਕੀ ਪੈ ਕਿਹੜਾ ਪੁੱਛਾ ਦਿੰਦੀ ਹੈ ਯਾਰ ਤੇਰੀ।
ਦੱਸ ਦੱਸ ਮਾਤਾ ਗਲਤੀ ਹੋ ਗਈ, ਮਾਫ ਕਰ ਦੇ, ਮਾਫ ਕਰ ਬੋਲ, ਮਾਫ ਕਰ ਦੇ। ਹਮ ਲਿਆ ਕੇ ਨਾਲੇ ਜਿਹੜਾ ਇਸ ਘਰ ਦੇ ਵਿੱਚ ਕਵਾੜੀ ਹੈ, ਕੌਣ ਕੰਮ ਕਰਦਾ ਕਵਾੜੀਏ ਦਾ? ਕਵਾੜੀਏ ਮੈਂ ਕਰਦਾ, ਮੈਂ ਕਰਦਾ। ਉਹ ਚ ਬੱਚਾ ਤੈਨੂੰ ਘਾਟਾ ਪਊਗਾ। ਆਹੇ ਕਹ ਆਜਾ ਪੂਤ ਚੜੇਲੇ ਪੋਣਾ ਲੱਡੂ ਖਾ ਜਾ, ਫੇਰ ਸ਼ਾਂਤ ਹੋਊਗਾ। ਖੜ ਜਾ ਯਾਰ, ਮੈਨੂੰ ਪੂਰੀ ਕਰ ਲੈ ਤੇ ਗੱਲ। ਹਾਂ ਮਾਤਾ, ਫਿਰ ਮੈਂ ਕਿਹੜਾ ਕੰਮ ਕਰਾਂ? ਜੀ ਜੀ ਮਾਤਾ ਹੱਸ ਨਹੀਂ ਰਹੀ, ਮਾਤਾ ਪੂਰਾ ਕਸ਼ਟ ਦੇ ਰਹੀ ਹੈ ਇਹਨੂੰ। ਉਹ ਮੇਰੀ ਬਾਹ ਛੜਵਾ ਦੇ ਭੈਣ ਦਾ ਵੀਰਾ। ਉਹ ਮਾਤਾ ਦੱਸ ਦੇ, ਮੈਂ ਬਾਹ ਛੱਡ ਦਾਂ। ਬਾਹ ਛੱਡ ਦੂੰ ਇੱਕੋ ਹੀ ਸ਼ਰਤ ਤੇ। ਹਾਂ, ਇਸ ਘਰ ਦੇ ਵਿੱਚ ਕਵਾੜ ਦਾ ਕੰਮ ਨਹੀਂ ਚਾਹੀਦਾ ਮੈਨੂੰ। ਚੱਲ ਨਹੀਂ ਕਰਦਾ, ਨਹੀਂ ਕਰਦਾ ਮਾਤਾ, ਨਹੀਂ ਕਰਦਾ। ਹੋਰ ਦੱਸ ਕਿਹੜਾ ਕੰਮ ਕਰਾਂ? ਮੈਂ ਤਾਂ ਉਹੀ ਕਰ ਲੂਗਾ। ਮੈਨੂੰ ਇਸ ਘਰ ਦੇ ਵਿੱਚ ਨਾ ਖੇਤੀ ਕਰਨ ਵਾਲਾ ਇਨਸਾਨ ਚਾਹੀਦਾ। ਖੇਤੀ ਖੇਤੀ ਕਰ ਲੂਗਾ ਮਾਤਾ, ਖੇਤੀ ਕਰ ਲੂਗਾ। ਮੈਂ ਕੀ ਕਰਨਾ, ਛੱਡ ਦੇ ਮਾਤਾ। ਲਖੀਰਾਂ ਮਾਤਾ, ਬਾਲੀ ਜਾਣ ਆਈ ਪੇ ਤੇਰੇ। ਚੱਲ ਠੀਕ ਆ ਮਾਤਾ, ਮਸਲਾ ਲਈ ਹੱਥ ਨੇ ਤੇਲ ਚੱਕ ਲਈ ਮੈਂ। ਉਹ ਚੁੱਪ ਕਰ ਜਾ ਯਾਰਾ, ਤੂੰ ਮੇਰੀ ਬਾਹ ਮੋਟ ਤਰਵਾ। ਚੱਲ ਠੀਕ ਆ ਮਾਤਾ, ਤੂੰ ਦੱਸ ਹੁਣ। ਮੈਂ ਮੇਰੀ ਬਾਰੀ ਆ ਗਈ। ਨਖਰੇ ਜੇ ਨਾ ਕਰ, ਸਿੱਧਾ ਹੋ ਕੇ ਮੂੰਹ ਕਰ ਲਾ। ਉਹ ਕੌਣ ਹੈ? ਉਹ ਮੈਂ ਦਾ ਪੁੱਛ ਲਾ ਹੁਣ ਮੈਂ। ਹੈਗੇ ਤੇ ਕੋਈ 10 ਰੁਪਏ? ਤੈਨੂੰ 20 ਰੁਪਏ ਦਿੱਤੇ ਤੇ ਹੈਗੇ। 10 ਦੀ ਪੁੜੀ ਲਿਆ ਆ, 10 ਦੀਆਂ ਸੁੱਚ ਲਿਆ ਆ। ਉੱਥੇ ਰੋਜ਼ ਬੱਕਰੀਆਂ ਵਾਲੇ ਚ ਡੱਕੇ ਪਾਉਣਾ, ਮਰ ਜਾਊਗਾ ਕਰੰਟ ਲੱਗ ਕੇ। ਓ ਯਾਰ ਇਹ ਕਿਹੜਾ ਮਾਤਾ ਯਾਰ, ਇਹ ਕਿਹੜਾ ਪੈਸੇ? ਓ ਚੰਨ, ਹੌਲੀ ਬੋਲ, ਹੌਲੀ ਬੋਲ, ਕਰੋੜਪਤੀ ਬਣਨਾ। ਕੀ ਚੱਲ ਰਿਹਾ ਤੁਹਾਡੇ ਚ? ਮੈਂ ਫੇਰ ਦੇ ਦਿੰਦਾ, ਮੈਂ ਰੱਖ ਲੈਣਾ। ਲੋਨ ਕਢਾਇਆ ਮੈਂ ਬੱਕਰੀਆਂ ਚੋਂ। ਬਾਬਾ ਮੈਂ ਐਂ ਪੁੱਛਦਾ ਸੀਗਾ, ਤੇ ਮੈਂ ਨਾ ਸੱਟਾ ਲਾਉਣਾ ਹੁੰਦਾ ਗਾ, ਮੇਰਾ ਸੱਟੇ ਦਾ ਕਾਰੋਬਾਰ ਹੈਗਾ। ਬਸ ਲਾਉਂਦਾ ਹੁੰਦਾ ਸੱਟਾ? ਇਹ ਨਹੀਂ, ਬਸ ਨਹੀਂ ਲੈਤੀ ਹਜੇ, ਬਸ ਮੈਂ ਲੈ ਲੂੰ ਹੌਲੀ ਹੌਲੀ। ਤੂੰ ਮਾਤਾ ਨੂੰ ਪਾਗਲ ਬਣਾ ਰੱਖਿਆ। ਤੁਸੀਂ ਤਾਂ ਗੁੱਸਾ ਕਰ ਗਏ ਮੈਨੂੰ। ਤੁਸੀਂ ਐਂ ਦੱਸੋ, ਕੱਲ ਨੂੰ ਕਿਹੜਾ ਅੱਖਰ ਆਊਗਾ ਸੱਟੇ 'ਚ? ਬੱਚਾ 20 ਰੁਪਏ ਤੇਰੇ ਕੋਲ ਹੈਗੇ ਨੇ, 5 ਹੋਰ ਪਾ ਕੇ ਪ੍ਰਸ਼ਾਦ ਵੰਡ ਦੀ। ਉਹ ਕੀ ਸੋਚੀ ਜਾਂਦਾ? ਉਹ 20-25 ਰੁਪਏ ਦਾ ਪ੍ਰਸ਼ਾਦ ਵੰਡਦੀ, ਤੇਰਾ ਭਲਾ ਹੋ ਜਾਊਗਾ। ਓਏ ਤੇਰੇ ਭਲਾ ਪ੍ਰਸ਼ਾਦ ਆ, ਤੂੰ ਗੱਲ ਨੂੰ ਸਮਝਿਆ ਨੀ? ਹਾਂ, ਇਹ ਗੱਲਾਂ ਡੂੰਘੀਆਂ ਹੁੰਦੀਆਂ ਨੇ। ਉਹ ਮੈਂ ਨੀ ਸਮਝਦਾ ਡੂੰਘੇ ਡੂੰਘੇ। ਓਏ ਸੱਟਾ ਆਊਗਾ, ਸੱਟੇ ਦਾ ਨੰਬਰ ਦਿੱਤਾ ਮੈਨੂੰ 25। ਹਾਂ ਫਿਰ 25 ਮੈਂ ਕਿਹੜਾ 25? ਉਹ ਐ ਨੀ ਸੱਟਾ ਉੱਟਾ ਨਹੀਂ ਦਿੱਤਾ, ਪ੍ਰਸ਼ਾਦ ਵੰਡ ਦੇ। ਤੂੰ ਟੈਂਸ਼ਨ ਕੋ ਲੈਣਾ ਯਾਰ, ਖਰੇ 2 ਬੱਕਰੀਆਂ ਖੜੀਆਂ, ਠੀਕ ਆ, 7-7 ਹਜ਼ਾਰ ਮੰਗਦਾ ਭੋਲਾ ਕਹਿੰਦਾਗਾ, ਦੋਵੇਂ ਵੇਚ ਨੂੰ 7 ਹਜ਼ਾਰ ਹੋ ਗਿਆ। ਤੇਲੂ ਰਾਮ ਨੇ ਸਦਕਾਨਾ ਪਾਉਣੀਆਂ ਮੇਰੇ ਘਰ ਜੇ ਚ, ਜਿਹੜਾ ਹੈਗਾ 4-5 ਮਰਲੇ ਉੱਟ ਪਾ ਦਾਂਗੇ ਸੱਟਾ ਲਾ ਕੇ। ਸੱਟਾ ਨਹੀਂ ਪੋ ਕਰੀਦਾ ਤਾਂ ਸੱਟਾ ਘਰ ਪਟਦਾ। ਓਏ ਉਹ ਮੇਰੀ ਗੱਲ ਸੁਣ, ਸੋਚ 17 ਸੈਕਟਰ ਮੁਹਾਲੀ ਚ ਮੇਰੀ ਕੋਠੀ ਪਾਈ ਹੋਈ ਆ, ਫੋਰਚੂਨਰ ਗੱਡੀ ਦੇ ਮੂਹਰੇ ਐਂ ਖੜਾ ਮੈਂ, ਕਾਲੀ ਐਨਕ। ਚੰਡੀਗੜ੍ਹ ਪਾਉਣੀ ਦਸਤਾ ਦੇ ਫਿਰ ਪਹਿਲੀ। ਚੱਲ ਬੱਚਾ, ਤੂੰ ਤਾਂ ਰਾਤੋ ਰਾਤ ਅਮੀਰ ਬਣ ਜਾਏਗਾ। ਵਿਆਹ ਹੋ ਜਾਊ, ਵਿਆਹ ਨੂੰ ਮਾਰ ਗੋਲੀ, ਫਿਰ ਤਾਂ ਮੈਂ ਜਾਗਾਂ ਸਵੇਰੇ ਤੇ ਕੁੜੀਆਂ ਚ ਫੇਰੇ।
ਆ ਲੈ ਕੇ ਜਾ ਤਾਂ ਲਈ ਜਾਂਦੇ ਆ, ਫਿਰ ਸੋਚਿਆ ਮੈਂ ਫਿਰ ਡੱਕੇ ਪਾਈਏ ਨਾ ਮਰ ਜਾਂ ਕਿਸੇ ਦਿਨ। ਚਲ ਠੀਕ ਆ ਜੀ ਬਾਬਾ ਜੀ ਮੈਂ ਚੱਲਦਾ। ਠੀਕ ਆ ਬੱਚਾ ਜਾਓ ਜਾਓ। ਹਾਂਜੀ ਚਲ ਹੁਣ ਬਣ ਗਈ ਗੱਲ, ਹੁਣ ਆਉਣਗੇ ਕੁਰਕਰੇ ਤੇ ਠੰਡਾ, ਆਸ ਕਿਵੇਂ ਲੜਾਇਆ ਕਰਾਂਗੇ ਰੋਜ਼। ਉੱਠਣ 'ਚ ਹੀ ਨਹੀਂ ਆਈ, ਉਹ ਇੰਨਾ ਟਾਈਮ ਖਰਾਬ ਕਰਵਾਤਾ। ਹੁਣ ਜਿੰਨਾ ਚਿਰ ਬੋਲੀ ਹੈ ਨਾ ਉਨਾ ਚਿਰ ਰੈਸਟ ਪੈ ਜਾ। ਹੁਣ ਜੀ ਇੱਟ 5000 ਨੂੰ ਹੋਈ ਕਿੰਨੇ ਲੱਖ ਇੱਟ ਲੱਗੀ ਜੇ ਲੋਕ। ਉਹ ਗੱਲ ਸੁਣ ਲੈ, ਉਹ ਬੱਕਰੀਆਂ ਬੁਕਰੀਆਂ ਨਾ ਵੇਚਦੀ ਨਾਲੇ। ਕਿਉਂ ਤੇ ਹੋਰ ਬੱਕਰੀਆਂ ਵੇਚ ਕੰਮ ਕੀ ਕਰੇਗਾ? ਉਹ ਦੋ ਬੱਕਰੀਆਂ ਵੇਚ ਦੂੰ ਯਾਰ, ਕਿ ਦੋ ਨਾ ਵੇਚਾਂ? ਉਹ ਨਾ ਵੇਚ ਓਏ, ਵਧੀਆ ਤੇਰਾ ਰੋਜ਼ਗਾਰ ਚੱਲੀ ਜਾਂਦਾ, ਵਧੀਆ ਦਿਹਾੜੀ ਬਣਦੀ ਆ, ਤੂੰ ਸਮਝ ਗਿਆ? ਤੂੰ ਦੋਸਤ ਆ ਨਾ ਮੇਰਾ, ਤੂੰ ਐਂ ਕਹਿਣਾ ਸਾਰੀਆਂ ਵੇਚ, ਸਮਝ ਗਿਆ? ਭੋਲੇ ਨੂੰ ਲੈ ਵੇਚਤੀਆਂ ਸਾਰੀਆਂ ਤੇਰੇ ਕਹਿਣ ਦੇ, ਚਕਾ ਪੀਆਂ ਸਾਰੀਆਂ, ਹੋ ਗਿਆ ਬੜਾ। ਉਹ ਬਾਈ ਸੱਟਾ ਨਹੀਂ ਘਰ ਪੜ ਦਿੰਦਾ ਹੁੰਦਾ, ਤੂੰ ਨਾ ਮੇਰੀ ਗੱਲ ਮੰਨ ਲਾ। ਮੈਂ ਪਹਿਲਾਂ ਬਹੁਤ ਕੰਮ ਕੀਤਾ, ਮੈਂ ਵੀ ਘਰ ਪੱਟ ਲਿਆ ਸੀ, ਤਾਂ ਹੀ ਹੁਣ ਮੈਂ ਸਾਰਾ ਕੰਮ ਛੱਡਿਆ ਨਾ, ਦੇਖ ਲੈ ਕਿੰਨਾ ਰੁਪਇਆ ਮੇਰੇ ਕੋਲ। ਜਿਹੜਾ ਲਾਵੇ ਸੱਟਾ ਰਹੇ ਹੱਟਾ ਕੱਟਾ, ਇਹਦੇ ਸਾਹਮਣੇ ਆ। ਤੂੰ ਜਰ ਸਪੋਜ਼ ਕਿਉਂ ਨਹੀਂ ਕਰ ਰਿਹਾ? ਤੂੰ ਮੇਰੇ ਹਿਸਾਬ ਨਾਲ ਸੋਚ, ਮਹੱਲੀ 17 ਸੈਕਟਰ 'ਚ ਫੋਰਚੂਨਰ ਫੇਰ ਖੜੀ ਆ ਉਹੀ। ਉਹ ਤੂੰ ਰਹਿ ਸੁਪਨੇ ਨਾਲ ਲਾ, ਮੇਰੇ ਘਰ ਵਿੱਚ ਨਵੀਂ ਨਵੀਂ ਮਾਤਾ ਆਈ ਆ, ਕੀ ਪਤਾ ਬਚਨ ਕੱਚਾ ਜਨੰਗ ਨੰਗ ਨਾ ਜਾਵੇ ਉਹਦਾ। ਉਹ ਤੈਨੂੰ ਐ ਆਖਿਆ ਉਹਨੇ, ਸੱਟਾ ਨਹੀਂ ਦਿੱਤਾ ਉਹਨੇ, ਉਹ ਕਹਿੰਦਾ 20 ਰੁਪਏ 5 ਰੁਪਏ ਪਾ ਕੇ ਪ੍ਰਸ਼ਾਦ ਵੰਡੇ, ਤੇਰਾ ਭਲਾ ਹੋ ਜਾਊਗਾ, ਸੱਟਾ ਨਹੀਂ ਦਿੱਤਾ। ਉੱਥੇ ਪ੍ਰਸ਼ਾਦ ਕੀ ਕਰੂ ਜਿੱਥੇ ਪੈਸੇ ਲਿਆਉਣਾ ਹੋਵੇ? ਤੂੰ ਤੂੰ ਤਾਂ ਖੇਤੀ 'ਚ ਘੁੱਸ ਗਿਆ, ਹੁਣ ਤੂੰ ਖੇਤੀ ਕਰੇਗਾ? ਤੂੰ ਉਹ ਮੈਂ ਤਾਂ ਖੇਤੀ ਕਰੂ, ਮੇਰੇ ਕੋਲ 7 ਕਿੱਲੇ ਹੈਗੇ ਆ, ਹੁਣ ਕੰਮ ਉਹ ਕਹਿ ਦਿੱਤਾ ਵੀ ਕਬਾੜ ਦਾ ਕੰਮ ਵਧੀਆ। ਤੂੰ ਇੰਨਾ ਚਿਰ ਖੇਤੀ ਕਰਦਾ, ਤੈਨੂੰ ਖੇਤੀ ਨੇ ਕੀ ਦਿੱਤਾ? ਆਹ ਦੇਖ ਇੱਧਰ ਮੈਂ ਸੱਟੇ ਲਾਉਣਾ, ਮੇਰੇ ਕੋਲ ਕੀ ਆ? ਕੁਛ ਵੀ ਨਹੀਂ। ਮੈਂ ਹੋਰ ਬੰਦੇ ਦੇਖ ਸੱਟੇ ਦੇ ਕਿੰਨੇ ਕੁਛ ਬਣ ਗਿਆ। ਤੂੰ ਦਿਮਾਗ ਖਾਈ ਜਾਂਦਾ, ਮੈਂ ਤਾਂ ਵੀ ਆਪਦਾ ਕੰਮ ਕਰੂੰ, ਭਾਵੇਂ ਤੈਨੂੰ ਕਹਿਤਾ ਮੈਂ ਤੈਨੂੰ ਸਮਝਾਉਣਾ, ਮੁੜ ਕੇ ਮੈਨੂੰ ਲਾਂਭਾ ਨਾ ਦੇ। ਉਹ ਨਹੀਂ ਤੂੰ ਡਰਨਾ ਯਾਰ, ਮੈਂ ਤਾਂ ਰਿਸਕ ਲੈਤਾ, ਮੈਂ ਟੁੰਡੀ ਰੋਜ਼ ਪੀਣਾ, ਰਿਸਕ ਡਰ ਕੇ ਆ ਕੇ ਜੀਤ ਹੈ। ਚੱਲ ਬਾਹਰ ਜਾ, ਆਹ ਕੁਰਕਰੇ ਤੋਂ ਉਹ ਦੇ ਦੋਈ ਮੈਨੂੰ। ਅਸੀਂ ਮੋੜਦੇ ਨਹੀਂ ਹੁੰਦੇ ਚੀਜ਼, ਤੁਸੀਂ ਜਿਹੜੀ ਲੈ ਦੱਸੋ। ਉਹ ਕੁਰਕਰੇ ਕਿਹਾ ਸੋਨੂੰ, ਇਹ ਹੋਰ ਹੀ ਉਹ ਜੀ ਦੇ। ਓਏ ਅੰਬੋ ਚੌੜ ਕਰਦੀ ਐ, ਮੈਂ ਖੁੱਲੀ ਪੂਰੀ ਦੋ ਵਾਰੀ ਮੋੜ ਕੇ ਗਿਆ। ਬੈਜਾ ਕਰ ਮੈਂ ਟਿੱਕੇ, ਤੂੰ ਤੂੰ ਆਡਾ ਉਂਗਲਾ ਲਾਉਣਾ ਲੋ ਗਾਕਾਂ ਨੂੰ। ਹੈਲੋ ਸਾਹਿਬ ਨੰਬੋ, ਲਕਾਈ ਕੋਕਾ ਕੋਲਾ ਦੇ ਦੇ ਨਹੀਂ, ਪਰਸੋਂ ਤੱਕ ਕੁਰਕਰੇ ਦੇ ਦੇ, ਟੇਡੇ ਮੇਟੇ ਦੇ ਦਿੰਦੇ ਆ। ਪਰਸੋਂ ਤੱਕ ਮੈਂ ਵਿੱਚੇ ਦੁਕਾਨ ਖਰੀਦ ਲੂੰ, ਵਿੱਚੇ ਤੁਹਾਡਾ ਘਰ। ਹਾਂ ਤੂੰ ਤਾਂ ਸਾਰਾ ਕੁਝ ਖਰੀਦ ਲੇਗਾ, ਮੈਨੂੰ ਪਤਾ। ਇੱਧਰ ਇੱਧਰ ਹੁਣ ਉਹ ਨੇ ਭਾਨਾ ਵਾਲੀ ਨਹੀਂ ਰਿਹਾ ਮੈਂ। ਚੰਗਾ ਚੰਗਾ, ਹਾਂ ਜੀ ਕਿਹਾ ਕਰੋ ਮੈਨੂੰ, ਟੇਡੇ ਮੇਟੇ ਦੇ ਦੇ। ਤੂੰ ਤਾਂ ਪੁੱਠੇ ਕੰਮ ਪਹਿਲੀ ਕਰਦਾ, ਟੇਡੇ ਮੇਡੇ ਹੋਰ ਲਈ। ਚੱਲ ਕੁਰਕਰੇ ਤਾਂ ਸਿੱਧੇ ਲੈ ਲਿਆ ਕਰ। ਓਏ ਹਾਂ ਕੁਰਕਰੇ ਟੇਡੇ ਮੇਡੇ ਹੁੰਦੇ। ਅੱਛਾ ਮੈਂ ਕਦੇ ਪੁੱਠੇ ਕੰਮ ਨਾ, ਤੂੰ ਮੈਨੂੰ ਐ ਨਹੀਂ ਸਮਝਾਉਂਦੀ, ਇਹਨੂੰ ਨਾਲ ਕਿਉਂ ਰੱਖਦਾਗਾ? ਮੈਂ ਨਾਲ ਰਲ ਗਿਆ ਤੇ ਇਹ ਮੈਂ ਕੀ ਨਾਲ ਪਰਾਂਦਾ ਬਣਿਆ ਫਿਰਦਾਗਾ? ਮੈਂ ਇਹਨੂੰ ਨਾਲ ਰੱਖਦਾ। ਅੱਛਾ ਮੈਨੂੰ ਸਕਾਊਟੀ ਦੀ ਲੋੜ ਆ, ਮੇਰੇ ਜਾਣ ਲੇਵਾ ਹਮਲੇ ਹੋ ਗਏ ਦੋ ਵਾਰ। ਤੇਰੀ ਜੇਬ ਜ਼ਿਆਦਾ ਹੀ ਗਰਮ ਲੱਗਦੀ ਐ ਮੈਨੂੰ, ਹਾਂ ਤਾਂ ਤੇ ਤੂੰ ਚੁਕਾਈ ਨਹੀਂ ਜਾਂਦੀ ਹੈਗੀ। ਤੇ ਮੈਂ ਤਾਂ ਸੱਚੇ ਕੰਮ ਆਇਆ ਸੀਗਾ। ਕੀ ਕੰਮ ਆਇਆ ਹੁਣ ਤੋਂ? ਉਹ ਤਾਇਆ ਥਾਂ ਜਾ ਲੈਨੂੰ ਕਹਿੰਦਾ ਸੀਗਾ ਸਾਡਾ। ਪੂਰੀ ਵੱਡੀ ਪੂਰੀ ਵੱਡੀ ਇੱਥੇ ਕਰਿਆਨੇ ਦੀ ਦੁਕਾਨ ਖਲਾਉਂ, ਉੱਥੇ ਰੱਖੂ ਬੰਦਾ 10,000 ਤੇ ਤੁਹਾਡਾ ਕੰਮ ਬੰਦ ਕਰਾ ਕੇ ਦਿਖਾਉਂ ਮੈਂ। ਹਾਂ ਤੂੰ ਬਸ ਤੇਰੀਆਂ ਗੱਲਾਂ 'ਚ ਨਾ ਆਨੇ ਦਾ ਦਮ ਨਹੀਂ ਹੈਗਾ। ਮੈਂ ਕਦੋਂ ਕਹਿੰਦਾ ਆਨੇ ਦਾ? 1,00,000 ਰੁਪਏ ਦਾ ਦਮ ਆ, 50 ਤੇ 50 ਕਿੰਨੇ ਹੁੰਦੇ ਆ? ਕੱਪੜੇ ਜਿਹੜੇ ਤਾਂ ਇੱਥੋਂ ਚੱਜਦੇ ਪੈਂਦੇ। ਜੇ ਤੂੰ ਇੰਨੀ ਪੜੀਆਂ 50 ਤੇ 50, ਤੈਨੂੰ ਕਿਹੜਾ ਪਤਾ ਨਹੀਂ ਹੈਗਾ, ਦੇਖ ਲੈ। 100 ਹਾਂ, 100 ਤੇ 100 ਮੈਨੂੰ 100,000 ਹਾਂ, 1,00,000 ਤੇ 1,00,000 2,00,000 ਅੱਛਾ, ਤੇ 5,00,000 ਤੇ 5,00,000 10,00,000 10,00,000 ਦੀ ਲਾਨਤ ਆ ਤੇਰੇ ਤੇ ਤਾਈ। ਚੱਲ ਪਰਾਂ ਅਜਾ ਹੁੰਦਾ ਰਹਿੰਦਾ ਗੱਲਾਂ ਗੱਲਾਂ 'ਚ ਤਾਂ ਤੂੰ।
ਚੱਲ ਤੇ ਮੈਂ ਕਰਵਾਉਣਾ ਬੰਦ ਮੈਂ 10 ਰੁਪਏ ਦੀ ਚੀਜ਼ ਵੀ ਤੂੰ ਧਾਰ ਕਰ ਜਾਣਾਗਾ ਓਏ ਦੱਸ ਦੋ ਇਹ ਦਸਾਂ ਦੁਸਾਂ ਦੀਆਂ ਗੱਲਾਂ ਗਈਆਂ ਹੁਣ ਕਰੋੜਾਂ ਦੀ ਗੱਲ ਕਰ ਕੋਈ ਬੰਦਾ ਮਾਰਨਾ ਜਾਂ ਕੋਈ ਪ੍ਰਾਪਰਟੀ ਡੀਲਰ ਵੱਡਾ ਲੈਣਾ ਉਹਦੀ ਗੱਲ ਕਰ ਹੁਣ ਕੰਮ ਗਏ ਪਹਿਲਾਂ ਵਾਲੇ ਚੱਲ ਗੱਡੀ ਆਉਂਦੀ ਆ ਬਾਲਾ ਬੋਲਿਆ ਨਾ ਕਰ ਮੈਨੂੰ ਨਾ ਮੁਸ਼ਕ ਚੜਦੀ ਆ ਹੁਣ ਮੈਂ ਵੱਡਾ ਬੰਦਾ ਹੋ ਗਿਆ ਫਿਰ ਕਦੇ ਮਿਲਾ ਥਾਂ ਲੈਣਾ ਹੋ ਲੈ ਲਿਓ ਨਹੀਂ ਮੈਂ ਵੇਚ ਵੀ ਦੂੰ ਮੈਂ ਕੋਈ ਨੀ ਘੋਲ ਘੱਟੀ ਹੈ ਹੁਣ ਮੈਨੂੰ ਕੀ ਕਹਾਂ ਮਾਤਾ ਕਹਾਂ ਕਮਨ ਕਹਾਂ ਮਾਤਾ ਜੀ ਓਹੋ ਕੀ ਹੋ ਗਿਆ ਕੋਹਣਾ ਕੀ ਹਾਲ ਆ ਉਰੇ ਆ ਜਾ ਮੰਜੇ ਤੇ ਬਹਿ ਜਾ ਚਲੋ ਭੈਣ ਆਏ ਇਹ ਹਾਲ ਹੋ ਇੰਨੀ ਟੂਈ ਦਰਦ ਕਰੀ ਜਾਂਦੀ ਆ ਕੀ ਹੋ ਗਿਆ ਪਤਾ ਨਹੀਂ ਕੀ ਹੋ ਰਿਹਾ ਟੂਈ ਨੂੰ ਪਰ ਉਹ ਮਾਤਾ ਆਈ ਨਾ ਜ਼ੋਰ ਲੱਗ ਗਿਆ ਤਾਰ ਕੇ ਹੋਰ ਤੂੰ ਕਾਹ ਤੋਂ ਥੱਲੇ ਬਹਿ ਗਿਆ ਸੁਣ ਬਸ ਮੈਂ ਤਾਂ ਉਹੀ ਬਹਿ ਗਿਆ ਸੀ ਅੱਛਾ ਭੈਣ ਦਰਦ ਜਲਾ ਤਾਂ ਹੁਣ ਐ ਨਹੀਂ ਪਤਾ ਮਾਤਾ ਕੀ ਆਉਣ ਅੱਜ ਕੀ ਆ ਠੰਡਾ ਪੈਪਸੀ ਲਿਆਂਦੀ ਆ ਇਹ ਕਿਹਨੇ ਮੰਗਾਇਆ ਸੀ ਚੁੱਪ ਕਰਕੇ ਲਪੜੇ ਨਾ ਖਾਲੀ ਮੈਥੋਂ ਹੈ ਕੰਮ ਕੁੰਮ ਨੀ ਬੰਦ ਕਰਦਾ ਗੁਰਦਾ ਮੈਂ ਮਰੀ ਬੰਦ ਨੀ ਕਰਦਾ ਅੱਜ ਉਦੋਂ ਫਿਰ ਮਾਤਾ ਆ ਗਈ ਉਹਦਾ ਮੂਹਰੇ ਮਿਲਣ ਮਿਲਣ ਕਿਉਂ ਕਰਦਾ ਹੁੰਦਾ ਹੈਗਾ ਬੇਅਕਲ ਜੀ ਉਹ ਚੱਲ ਮਾਤਾ ਉਹ ਤਾਂ ਕਹਿਤਾ ਕਹਿਤਾ ਐ ਥੋੜੀ ਕਵਾੜ ਦਾ ਕੰਮ ਮਾਤਾ ਆਉਣ ਲੱਗੇ 5 ਮਿੰਟ ਲੱਗਦੇ ਨੇ ਮਰੀ ਜਾਨੀ ਆ ਹੋ ਰੋਜ਼ ਦੀ 3-4 ਹਜ਼ਾਰ ਦਿਹਾੜੀ ਬਣਦੀ ਆ ਤੂੰ ਤਾਂ ਮਿੰਟ ਨਹੀਂ ਆ ਕੋਈ ਨਾ ਫਿਰ ਹਾਂ ਫਿਰ ਉਹਦੇ ਮੂਰੇ ਹੱਥ ਨਾ ਬੰਨਿਆ ਕਰ ਮੈਂ ਮੂਰੇ ਡਰਦਾ ਦੁੱਦਾ ਹਾਂ ਮਰੀ ਜਾਨੀ ਕੰਮ ਮੈਨੂੰ ਅੱਜ ਕਹਿਤਾ ਨਾ ਇੱਦੂ ਮੁੜ ਕੇ ਨਾ ਕਹਦੀ ਕੰਮ ਬੰਦ ਕਰਨ ਨੂੰ ਕੋਈ ਗੱਲ ਨਹੀਂ ਫਿਰ ਕਰ ਤੂੰ ਕੰਮ ਕਰ ਕਵਾੜ ਦਾ ਕਰੂੰਗਾ ਹੋਰ ਮੈਂ ਡਰਦਾ ਤੇਥੋਂ ਤੂੰ ਤਾਂ ਕਾਹਨੂੰ ਡਰਦਾ ਤੂੰ ਤਾਂ ਭੱਜਿਆ ਫਿਰੇਗਾ ਜਦੋਂ ਮਾਤਾ ਆ ਜਾਂਦੀ ਹੁੰਦੀ ਆ ਨਾਲੇ ਉਹ ਮਾਤਾ ਉਹ ਦੇਖੀ ਜਾਊ ਹੁਣ ਆ ਕੇ ਬਾਗੀ ਹੁਣ ਹੁਣ ਕੀ ਲੈਣ ਆਊ ਉਹ ਹਾਂ ਮੈਨੂੰ ਡਰਾ ਦਿੰਦੇ ਮੈਂ ਨਹੀਂ ਡਰਦਾ ਤੂੰ ਤਾਂ ਅੱਛਾ ਡਰਦਾ ਨਹੀਂ ਨਹੀਂ ਡਰਦਾ ਮਾਤਾ ਗਈ ਨਹੀਂ ਕਿਤੇ ਹਾਂ ਹੈ ਗਈ ਨਹੀਂ ਬੱਚਾ ਮਾਤਾ ਕਿਤੇ ਨਹੀਂ ਗਈ ਹੈਗੀ ਕਿਤੇ ਮਾਤਾ ਤਾਂ ਤੇਰੇ ਮੂਹਰੇ ਬੈਠੀ ਹੈ ਕਿੱਥੇ ਬੈਠੀ ਹੈ ਤੂੰ ਤਾਂ ਮੇਰੇ ਆ ਬੈਠੀ ਹੈ ਹੁਣ ਦੱਸ ਦੋਨੇ ਮਰੋਸ ਕੇ ਕੌਣ ਆ ਤੂੰ ਮਾਤਾ 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 ਗਲਤੀ ਹੋ ਗਈ ਦੱਸ ਡਰਦਾ ਨਹੀਂ ਨਾ ਤੂੰ ਮਾਤਾ ਤੋਂ ਗਲਤੀ ਹੋ ਗਈ ਕਹਿ ਦੇਣਾ ਉਹ ਕਹਿ ਦੇਣਾ ਮੈਂ ਕੀ ਕਹਿਣਾ ਵੀ ਮੈਂ ਕੰਮ ਬੰਦ ਕਰਦਾ ਉਹ ਕਹਿੰਦਾ ਹਿੱਸਾ ਕੱਢ ਦੇ ਮੈਂ ਕੱਢ ਦੇਣਾ ਮੈਂ ਕੀ ਕੁਛ ਬੋਲਦਾ ਹੋਣਾ ਬੱਚਾ ਕਿਹਨੂੰ ਮੈਂ ਤਾਂ ਆਪਦੇ ਘਰ ਵਾਲੀ ਨੂੰ ਬੋਲਿਆ ਸੁਣ ਤੇ ਨਹੀਂ ਕੁਛ ਬੋਲਿਆ ਮੈਂਮਾਤਾ ਕਿਤੇ ਨਹੀਂ ਆਉਂਦੀ ਤੇਰੇ ਘਰ ਚ ਹੀ ਰਹਿੰਦੀ ਹੈ ਠੀਕ ਆ ਮਾਤਾ ਫਿਰ ਇਹਦਾ ਮਤਲਬ ਤੂੰ ਇੱਥੇ ਰਹੋਗੇ ਪੱਕਾ ਪਰਮਾਨੈਂਟ ਰਹੂੰਗੀ ਜਿੰਨਾ ਚਿਰ ਕੰਮ ਨਹੀਂ ਛੱਡਦੇ ਲੈ ਲੈ ਮੈਂ ਹੁਣ ਕਹਿੰਦਾ ਤੂੰ ਛੱਡ ਦੇ ਮੈਂ ਕਹਿ ਦੇਣਾ ਆਪਣੀ ਹੈਲੋ ਭੋਲੇ ਕਿਵੇਂ ਆ ਹਾਂ ਹਾਂ ਉਹ ਯਾਰ ਗੱਲ ਆਏ ਆ ਉਹ ਯਾਰ ਮੈਂ ਦੱਸਾਂ ਕੀ ਗੱਲ ਆ ਉਹ ਗੱਲ ਆਏ ਆ ਯਾਰ
ਉਹ ਮੇਰੀ ਘਰ ਵਾਲੀ ਚਾਉਣ ਲੱਗੀ ਮਾਤਾ, ਉਹ ਕਹਿੰਦੀ ਵੀ ਕਬਾੜ ਦਾ ਕੰਮ ਤੂੰ ਕਰਨਾ ਨਹੀਂ ਹੈ, ਭਰਾ ਮਿਲ ਕੇ ਮੇਰਾ ਹਿੱਸਾ ਪਤਾ ਕੱਢਦੀ ਯਾਰ, ਚੰਗਾ ਮੈਂ ਕੱਲ੍ਹ ਤੋਂ ਦੁਕਾਨ 'ਤੇ ਨਹੀਂ ਆਇਆ ਕਰਦਾ, ਚੰਗਾ ਚੰਗਾ ਚੰਗਾ, ਚੱਲ ਕੋਈ ਨਾ ਆ ਕੇ ਗੱਲ ਕਰਦਾ, ਚੰਗਾ ਚੰਗਾ, ਹੁਣ ਕਹਿਤਾ ਬਸ ਠੀਕ ਹੈ ਮਾਤਾ ਜੀ, ਆਹ ਖਾ ਲਓ ਕੁਰਕਰੇ, ਚੰਗਾ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਤੋਂ ਬਾਅਦ ਗੜੇਮਾਰੀ ਵੀ ਕਾਫੀ ਜਗ੍ਹਾ ਤੇ ਵੱਧ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਜਿਹੜਾ ਫਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਇੱਕ ਵਾਰ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਘੰਟੇ ਤੋਂ ਲਗਾਤਾਰ ਜਿੱਥੇ ਬਾਰਿਸ਼ ਹੋਈ ਆ ਉੱਥੇ 15 ਤੋਂ 20 ਮਿੰਟ ਜਿਹੜੀ ਗੜੇਮਾਰੀ ਵੀ ਹੋਈ ਆ। ਇਸ ਗੜੇਮਾਰੀ ਦੇ ਨਾਲ ਕਿੰਨਾ ਕੁ ਜਿਹੜਾ ਨੁਕਸਾਨ ਹੁੰਦਾ ਇਹ ਵੀ ਅਸੀਂ ਦੇਖਾਂਗੇ ਖੇਤਾਂ ਦੇ ਵਿੱਚ ਜਾ ਕੇ। ਹੈਲੋ, ਹਾਂ ਉਹ ਕਿਵੇਂ ਰਹੀ ਆਪਾਂ ਦੀ ਫਸਲ? ਉਹ ਤਾਂ ਮੈਨੂੰ ਪਤਾ ਖਤਮ ਹੋ ਗਿਆ ਸਾਰਾ ਕੰਮ ਹੋ ਗਿਆ। ਓਹੋ, ਹੁਣ ਓਏ ਤੇ ਆ ਕੀ ਕਹਿਣਾ, ਮੇਰੇ ਘਰ ਵਾਲੀ ਦੇ ਨਾਮ ਕੌਣ ਲੱਕੀ, ਕਿਉਂ ਘਰ ਵੇਚਤਾ ਜੀ ਬੱਕਰੀਆਂ ਵੀ? ਉਹ ਭੈਣ ਦੇ ਬੜਾ ਕਮਲਾ ਬੰਦਾ ਓਏ, ਹੈਂ ਮੈਂ ਉਹਨੂੰ ਕਿਹਾ ਸਮਝਾਇਆ ਵੀ ਜੀ ਬੱਕਰੀਆਂ ਨਾ ਵੇਚ ਓਏ, ਮੈਂਟਲ ਬੰਦਾ। ਕੀ ਹੋ ਗਿਆ ਜੀ, ਕੁਛ ਕੀ ਹੋ ਗਿਆ ਦੱਸੇਗਾ ਵੀ? ਹੁਣ ਆ ਲਾ ਆ ਗਿਆ ਕੰਮ, ਬੇਨੂੰ ਕੀ ਹੋ ਗਿਆ? ਤੈਨੂੰ ਮੈਂ ਕਿਹਾ ਸੀ ਨਾ ਵੇਚ ਉਹ ਬੱਕਰੀਆਂ ਨਾ ਵੇਚ, ਇਹਨੇ ਇੱਧਰ ਬਹਾ ਲਾ, ਮੈਂ ਇੱਧਰ ਹੋ ਜਾਣੀ ਹੈਗੀ, ਬਹਿ ਜਾ ਇੱਥੇ, ਉਹ ਸਾਰਾ ਕੰਮ ਤੇਰਾ ਹੈ ਕੰਜਕਰੇ। ਕੀ ਹੋ ਗਿਆ? ਮੈਂ ਤਾਂ ਕੁਛ ਵੀ ਨੀ ਕਰਿਆ ਹੈਗਾ। ਕਰਿਆ ਕਿਉਂ, ਤੂੰ ਕੀਤਾ ਸਾਰਾ ਕੁਛ? ਕੀ ਹੋ ਗਿਆ ਬੂ, ਮੈਂ ਪਾਗਲ ਪੂਗਲ ਹੋ ਗਿਆ ਇਹ, ਚੱਪਲ ਰਖਾ ਦੇ, ਇਹਦੀ ਚੱਪਲ ਰਖਾ ਦੇ ਥੱਲੇ, ਉਹ ਮੈਂਟ ਲੈ ਆ। ਮੈਂ ਤੈਨੂੰ ਕੱਲ ਕੀ ਆਖਿਆ ਜੀ, ਪਾਗਲ ਪਾਗਲ ਤੇ ਹੋਣਾ ਇਹ, ਤੇ ਉਹ ਨੀ 20 ਰੁਪਏ ਤੂੰ ਕਹਿੰਦਾ 5-25 ਰੁਪਏ ਪ੍ਰਸ਼ਾਦ ਵੰਡ ਲਈ, ਇਹ ਸੱਟਾ ਬਣਾ ਬੈਠਾ ਉਹਦਾ। ਹਾਏ ਬੇ ਬੇ, ਤਾਂ ਮੱਥਾ ਟੱਕ ਬੇ, ਮੈਂ ਮਰ ਜਾ, ਇਹਨੂੰ ਬਹਾ ਲਾ, ਬੇ ਕਮਰੇ ਨੇ ਉਧਰ ਸਾਡੇ। ਗੱਲ ਸੁਣ, ਨੀ ਮੇਰੀ ਤੂੰ ਕਦੀ ਸੀ ਗੱਲ ਸੁਣ, ਕੀ ਹੋ ਗਿਆ? ਪੈਰ ਮਾਤਾ ਬੁਲਾ, ਇੱਕ ਮਿੰਟ ਮੈਨੂੰ ਲੱਗਦਾ ਕੀ ਹੋ ਗਿਆ, ਸੌਣ ਲੱਗੇ ਤੂੰ, ਬਹਿ ਜਾ ਇੱਥੇ ਬਹਿ, ਤੈਨੂੰ ਬਤਾ ਲੈ, ਇੱਕ ਮਿੰਟ ਮੈਂ ਬੈਠ ਗਈ, ਇਧਰ ਆ ਨਾ ਮਾਰੇ ਮੇਰੇ, ਮੈਨੂੰ ਤਾਂ ਡਰ ਲੱਗਦਾ ਹੈ, ਡਰ ਲੱਗਦਾ। ਦੂਜੀ ਚਾਰ ਥਾਂ ਦੀ ਬੱਕਰੀ ਚੋਰਾ ਉਹ ਚਾਰ ਦੁੱਧ ਦੇ, ਖੜ ਜਾ ਬੇ, ਚਾਰ ਥਾਂ ਕਿਦੋਂ ਹੁੰਦਾ? ਨਾ ਆਦੀ ਮਾਤਾ ਨੂੰ ਬੁਲਾ ਪਹਿਲਾਂ, ਇੱਥੇ ਮਾਤਾ ਨੂੰ ਬੁਲਾ, ਉਹਨੂੰ ਛੁੰਟਾ ਲਾ, ਹੱਥ ਦਾ ਬਣਾ ਲਾ, ਸੁਣ ਲਾ, ਤੇ ਕਹਿ ਉਹ ਕਹਿੰਦੀ ਖੇਤੀ ਚ ਤੈਨੂੰ ਫਾਇਦਾ ਹੋਊਗਾ, ਤੇ ਸਾਰੀ ਗੜੇਮਾਈ ਨਾਲ ਉਹ ਸਾਰੀ ਮੇਰੀ ਫਸਲ ਟੁੱਟ ਉਹ ਹੋ ਗਈ, ਸਾਰੇ ਕੀ ਹੋ ਗਿਆ, ਸਾਰੀ ਖਤਮ ਕਰਤੀ ਗੜਿਆਂ ਨੇ, ਉਹ ਬੁਲਾ ਹੁਣ ਮਾਤਾ ਨੂੰ ਵੀ, ਕਹਿੰਦੀ ਤੂੰ ਉਹਦੇ ਕਬਾੜ ਦੇ ਕੰਮ ਚ ਫਾਇਦਾ ਨਹੀਂ। ਸੁਣ ਲਾ, ਇੱਕੇ ਲਗਤ ਲੱਗਿਆ ਪਿਆ, ਆਪਣੀ ਕਿਹੜਾ ਕੱਲਿਆਂ ਦੀ ਮਰੀ ਆ, ਸਾਰਿਆਂ ਦੀ ਮਰੀ ਆ, ਸਾਰਿਆਂ ਦੇ ਖੇਤਾਂ ਚ ਗੜੇ ਪਏ ਨੇ,
ਆਪਣੇ ਕਿਹੜਾ ਕੱਲਾ ਵਰਸ ਗਿਆ ਵਰਸ ਗਿਆ ਨੀ ਮਾਤਾ ਕਹਿੰਦੀ ਫਾਇਦਾ ਹੁਣ ਕਰ ਬੁਲਾ ਮਾਤਾ ਨੂੰ ਵੇ ਕਬਾੜੀਓ ਚ ਨਹੀਂ ਫਾਇਦਾ ਸੀ ਕਿਉਂ ਨੀ ਫਾਇਦਾ ਸੀ ਮਾਤਾ ਨੂੰ ਕੰਮ ਨਹੀਂ ਪਸੰਦ ਸੀ ਪਸੰਦ ਨਹੀਂ ਸੀ ਮਾਤਾ ਨੂੰ ਲਿਆ ਬੁਲਾ ਮਾਤਾ ਨੂੰ ਛੱਤਾਂ ਪਰਸੋਂ ਆਇਓ ਕੋਠੀ ਦੀ ਛੱਤਾਂ ਆਹ ਤੇਰੇ ਕਰਕੇ ਪਾਗਲ ਕਰਦਾ ਸਾਰਾ ਕੁਝ ਵੇਚ ਕੇ ਲਾਤਾ ਮਾਤਾ ਨੂੰ ਬੁਲਾ ਪੁੱਛਾ ਸੀ ਵੀ ਕਿਉਂ ਨੀ ਸੱਟਾ ਇਹਦਾ ਆਇਆ ਦਿਮਾਗ ਤੇ ਤੂੰ ਚੱਕੀ ਬੈਠੀ ਛੇਤੀ ਕਰ ਮਾਤਾ ਨੂੰ ਬੁਲਾ ਪੁੱਛਾਂ ਕੀ ਗੱਲ ਬਾਤ ਮਾਰੀ ਨਾ ਤੇ ਸੌਣ ਲੱਗੇ ਤੈਨੂੰ ਉੱਚਾ ਸੌਣ ਲੱਗੇ ਨਹੀਂ ਮਾਰਦਾ ਮੇਰੇ ਚ ਕੋਈ ਮਾਤਾ ਨੀ ਆਉਂਦੀ ਕੀ ਕਿਹਾ ਆ ਬੰਨਿਆ ਤੇ ਮੈਨੂੰ ਮੇਰੇ ਚ ਕੋਈ ਮਾਤਾ ਨੀ ਆਉਂਦੀ ਤੇ ਮਾਤਾ ਫਿਰ ਤੂੰ ਲੱਛਣ ਕਿਉਂ ਕਰਦੀ ਜੇ ਵੀ ਦੇਖ ਤੂੰ ਮੈਨੂੰ ਗੱਲ ਮੰਨਦਾ ਤੂੰ ਕੋਈ ਗੱਲ ਨਹੀਂ ਸੀ ਮੰਨਦਾ ਮੈਂ ਤੈਨੂੰ ਆਖਾਂ ਕਬਾੜੀਏ ਦੇ ਕੰਮ ਨਹੀਂ ਕਰਨਾ ਤੂੰ ਉਹ ਵੀ ਕੰਮ ਕਰਿਆ ਮੈਂ ਤਾਂ ਇੱਥੇ ਚੀਜ਼ ਮੰਗਾਉਂਦੀ ਤੂੰ ਲਿਆ ਕੇ ਦਿੰਦਾ ਹੁੰਦਾ ਸੀ ਤੇ ਉਹ ਕੰਮ ਨਾ ਇਹਨਾਂ ਨੇ ਸੋਹਣੇ ਸੂਟ ਪਾਇਆ ਕਰਦੀ ਸੀ ਇਹਨਾਂ ਨਾਲ ਸਮਾਨ ਲਿਆ ਕੇ ਦਿਆ ਕਰਦੇ ਉਹਦੇ ਘਰ ਵਾਲਾ ਹੈ ਤੇ ਤੂੰ ਮੈਨੂੰ ਕੁਛ ਨਹੀਂ ਲਿਆ ਕੇ ਦਿੰਦਾ ਸੀ ਮੈਨੂੰ ਤਾਂ ਫਿਰ ਉਹਨੇ ਕਿਹਾ ਸੀਗਾ ਕਿਹਨੇ ਕਿਹਾ ਸੀ ਉਹਨੇ ਕਮਲ ਨੇ ਕਹਿੰਦੀ ਤੂੰ ਵੀ ਆਈ ਸਿਰ ਜਾ ਲਿਆ ਕੇ ਕਹਿੰਦੀ ਮਾਤਾ ਦਾ ਡਰਾਵਾ ਜਿਹਾ ਕਰਕੇ ਉਹ ਕਰ ਆਹ ਉਹ ਤੇਰੇ ਕਰਕੇ ਦੇ ਲੈ ਘਰ ਵੇਚਤਾ ਬੱਕਰੀਆਂ ਵੇਚਤੀਆਂ ਤੂੰ ਤੇਰੇ ਲੱਛਣ ਕਰਕੇ ਤੂੰ ਜਨਾ ਕਹਿੰਦੀ ਨਾ ਇਹਨੂੰ ਆਇਓ ਕੱਚਾ ਕਲੇਸ਼ ਤੇ ਮੇਰਾ ਚੱਲ ਕੋਈ ਗੱਲ ਨਹੀਂ ਫਸਲ ਨਾ ਹੋਈ ਚੱਲ ਉਹਦਾ ਗਰੀਬ ਦਾ ਸਾਰਾ ਕੁਝ ਮਾਂਜ ਕੇ ਰੱਖਤਾ ਨਾ ਤੇਰੇ ਕਹੋ ਕਹਿ ਨੂੰ ਬੁਲਾ ਦੇ ਤਾਂ ਉਹ ਕਰੀ ਜਾਂਦਾ ਪਹਿਲਾਂ ਕਿਹੜੇ ਸਹੀ ਸੀਗਾ ਪਹਿਲਾਂ ਕਦੋਂ ਸਹੀ ਸੀ ਵੀ ਤੂੰ ਪਹਿਲਾਂ ਵੀ ਆਈ ਸੀਗਾ ਮੈਂ ਤੇਰੇ ਨਾ ਵੀ ਦੇਖ ਮੈਂ ਤੂੰ ਸੌਂ ਖਾਦੀ ਤੇ ਵੀ ਮੈਂ ਮਾਰਦਾ ਨਹੀਂ ₹3,000 ਕਮਾਈ ਹੁੰਦੀ ਕੰਮ ਕੋਈ ਨੀ ਮਾੜਾ ਹੁੰਦਾ ਖਾਣ ਪੀਣ ਕੀ ਘਾਟ ਸੀ ਤੈਨੂੰ ਇੰਨੇ ਪੈਸੇ ਰਹਿੰਦੇ ਤੂੰ ਕੁਛ ਮਰਜ਼ੀ ਮੰਗਾ ਲਿਆ ਕਰਦੀ ਗੱਲ ਸੁਣ ਲੈ ਕਬਾੜ ਦਾ ਕੰਮ ਛੱਡਤਾ ਮੈਂ ਕਿਸੇ ਕਰਤਲ ਕਰੇ ਸੀ ਸਭ ਕੁਛ ਹੁਣ ਤਾਂ ਤੂੰ ਸੁਣਦਾ ਨਹੀਂ ਸੀਗਾ ਆ ਰਹਿੰਦਾ ਕੁੰਦੇ ਨੂੰ ਨਾਲ ਨਮੂਨੇ ਨੂੰ ਲਿਆਇਆ ਉਹਨੇ ਲਿਆ ਮੇਰੇ ਸੋਨੇ ਦੀ ਖੁਰਜ ਤੇ ਤੂੰ ਵੈਕੇਸ਼ਨ ਠੀਕ ਆ ਉਧਰੋਂ ਆਇਆ ਬਣਾਉਣ ਲੱਗਾ ਮੇਰੇ ਲੱਤਾਂ ਪਵਾ ਕੇ ਨਾਲ ਦੇਖ ਕੇ ਬੈਠੇ ਚੋਦਰ ਲੱਗੇ ਸੁਣਦਾ ਆ ਭੱਜ ਜਾ ਤੋ ਤੇ ਮੈਂ ਫਿਲਮ ਉਹ ਦੇਖ ਰਿਹਾ ਸੀਗਾ ਮੇਰਾ ਘਰ ਯਾਰ ਪਰ ਘਰ ਤਾਂ ਮੇਰਾ ਨਵਾਂ ਪਈ ਜਾਂਦਾ ਹਨਾ ਹਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡਾ ਵੀਡੀਓ ਬਣਾਉਣ ਦਾ ਇਹੀ ਮਤਲਬ ਸੀ ਕਿਸੇ ਨੂੰ ਧਰਮ ਨੂੰ ਸਾਡੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਮਤਲਬ ਮੈਸੇਜ ਕਈ ਬੁੜੀਆਂ ਬੰਦੇ ਇਹੋ ਜਿਹਾ ਰੂਪ ਧਾਰਨ ਕਰ ਲੈਂਦੇ ਆ ਵੀ ਸਾਡੇ 'ਚ ਬਾਬਾ ਆਉਂਦਾ ਸਾਡੇ 'ਚ ਮਾਤਾ ਆਉਂਦਾ ਉਹ ਕਿਹੜੀ ਪਵਿੱਤਰ ਰੂਹਾਂ ਹੁੰਦੀਆਂ ਉਹਨਾਂ ਨੂੰ ਬਦਨਾਮ ਕਰਦੇ ਆ ਕਈ ਵਾਰੀ ਆ ਗਰੀਬ ਬੰਦੇ ਸੱਟੇ ਦੇ ਤੂੰ ਮੰਨ ਲਓ ਕਹਿੰਦੇ ਆ ਉਹ ਬੈਟ ਮਾਰਤਾ ਵੀ ਸੱਟਾ ਲਵਾਲਾ ਵੀ ਆਹ ਆਇਆ ਕਈ ਵਾਰੀ ਘਰ ਵੇਚ ਕੇ ਲਾ ਆਉਂਦੇ ਆ ਪਰ ਬਹੁਤ ਵੱਡੀ ਗਲਤੀ ਹੁੰਦੀ ਆ ਫਿਰ ਅੱਗੇ ਦੂਜੇ ਦਿਨ ਆਉਂਦੇ ਨੇ ਮੇਰਾ ਇਹ ਵੀਡੀਓ ਬਣਾਉਣ ਦਾ ਹੀ ਮਤਲਬ ਸੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਬੁੜੀਆਂ ਨੂੰ ਬੰਦਿਆਂ ਨੂੰ ਵੀ ਮੇਰਾ ਮਤਲਬ ਹੈ ਵੀ ਅੰਧ ਵਿਸ਼ਵਾਸ ਨਾ ਫੈਲਾਇਆ ਕਰੋ ਕਿਉਂ ਕਿਸੇ ਦਾ ਘਰ ਨਾ ਪੱਟਿਆ ਕਰੋ ਹੁਣ ਮੇਰੇ ਘਰਾਂ ਦੇ ਖਾਣ ਪੀਣ ਚੀਜ਼ਾਂ ਜਾਂ ਉਹਦੇ ਕਰਕੇ ਦੇ ਲੈ ਮੇਰਾ ਕੰਮ ਵੀ ਖਤਮ ਕਰਵਾਤਾ ਜਿੱਥੇ ਮੈਂ ਵਧੀਆ 3,000-4,000 ਰੁਪਇਆ ਕਮਾਉਂਦਾ ਸੀ ਡੇਲੀ ਦਾ ਅਤੇ ਮੇਰਾ ਕੰਮ ਵੀ ਖਤਮ ਕਰਵਾਤਾ
ਤੇ ਆਹ ਗਰੀਬ ਦਾ ਹੀ ਮਜਵਾਤਾ, ਇਸ ਕਰਕੇ ਕਹਿੰਦੇ ਵੀ ਇਹ ਕੰਮ ਨਾ ਕਰਿਆ ਕਰੋ। ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਹੋਏ ਸੀ ਉਹਨਾਂ ਦਾ ਨਾਮ ਬੋਲਣ ਲੱਗਿਆ। ਜਿਨ੍ਹਾਂ ਦਾ ਕਮੈਂਟ ਕੀਤਾ, ਸਖਰਾਜ ਸਿੰਘ, ਗਣੇਸ਼ ਸਿੰਘ ਸਿੰਘ ਜਾਂ DURS, ਅਤੇ ਅਨਾਉਨ ਐਡੀ, ਸੋਨਮ ਬਾਲਾ, ਅਤੇ ਗਣੇਸ਼ ਸਿੰਘ ਫਿਰ ਆ ਗਿਆ, ਫਿਰ ਅਨਾਉਨ, ਫਿਰ ਸਰਪੰਚ ਦਾਸ ਮਹਿਤਾ, ਫਿਰ ਕੁਲਵਿੰਦਰ ਕੌਲ ਢਿੱਲਵਾਲ, ਅਤੇ ਪ੍ਰਿਤਪਾਲ ਸਿੰਘ, ਅਤੇ ਭੁੱਲਾ ਗਿੱਲ। ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ। ਇਸ ਤਰ੍ਹਾਂ ਸਾਨੂੰ ਕਮੈਂਟ ਕਰਦੇ ਰਹੇ ਕਰੋ, ਅਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ, ਅਤੇ ਸਾਡੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਘੱਟ ਕਰ ਦਿੰਦੇ ਵੀ ਕਰਿਆ ਕਰੋ, ਅਤੇ ਲਾਈਕ ਕਰਿਆ ਕਰੋ। ਜਾਂਦਾ ਜਾਂਦਾ ਇਹਨੂੰ ਕਸ਼ੈਰੀ ਸੁਣਾ ਦੇਣਾ ਯਾਰ। ਹਾਂ ਸੁਣਾ ਦੇ ਚੱਲ। ਕਹਿੰਦੀ ਤੂੰ ਤਾਂ ਇੰਨਾ ਨੰਗ ਹੈ, ਤੈਨੂੰ ਜਰਦੇ ਦੀ ਪੂੜੀ ਜੁੜਦੀ ਨਹੀਂ। ਕਹਿੰਦੀ ਤੂੰ ਇੰਨਾ ਨੰਗ ਹੈ, ਤੈਨੂੰ ਜਰਦੇ ਦੀ ਪੂੜੀ ਜੁੜਦੀ ਨਹੀਂ, ਉਹ ਨਾ ਲਾਇਆ ਕਰੋ ਸੱਟਾ। ਫਿਰ ਮੇਰੇ ਵਾਂਗੂ ਗਲੀਆਂ 'ਚ ਕਹਿੰਦੇ ਫਿਰੋਗੇ, ਮੁੜਦੀ ਨਹੀਂ, ਮੁੜਦੀ ਨਹੀਂ। ਸਾਰਿਆਂ ਦਾ ਧੰਨਵਾਦ ਜੀ, ਥੈਂਕ ਯੂ।